अज की यह वीडियो उन्होंने बहुत लाहेमंद है जो बीमारियों के जकड़े हुए हैं, जिन्हों के गोड्या दर्द रहता है, जिन्होंने पुराना जुकाम है, जिन्हों की चमड़ी के एलर्जी है, तो पेट के रोग चाहे गुरद्या किसी भी तरह की बीमारी आ ते तुहानू घबराउण दी लोड़ नहीं। मरीजां कोलों तुरिया नहीं जांदा, जां बहि गए तो उठिया नहीं जांदा, जे उठ गए तो बैठिया नहीं जांदा, पौड़ियां नहीं चढ़िया जांदा, चौंकड़ी मार के नहीं बैठिया जांदा, तो हर रोज़ वह बेचारे मतलब औखा टाइम कटते हैं, रात नूं सौण लग्गिया ठंड च ज़्यादा प्रॉब्लम बढ़ जाती है। फिर उत्थे तो मैं बहुत हज़ारों के हिसाब से खर्चा कर दिता हो कि तुहानू पता डॉक्टर की फीस ही 5-5-600 रुपया हैगी है, प्लस मेडिसिन के चार्जिस अलग रहेंगे साढ़े को, पर इतने जो मैं लेने आई हूँ मेरी एक महीने की दवाई ही सारी 2,000-2,500 की बनी हैगी है। पूरी दुनिया में एलोपैथी विच एलर्जी का कोई इलाज नहीं, पूरी दुनिया च एलर्जी दी गोलियां ने, टाइम पास हुंदा या स्टीरोइड है जिहड़े अंग खराब करते साडे, स्टीरोइड दा तुहानू पता भार वध जांदा, पानी इकट्ठा हो जांदा शरीर च, गुरदियां ते माड़ा असर आ, लिवर ते कुछ सालां च बंदा बजुर्गां वर्गा हो जांदा। ਜਿਹੜੇ ਪ੍ਰਾਈਵੇਟ ਹਸਪੀਟਲਸ ਹੁੰਦੇ ਆ ਤੁਹਾਨੂੰ ਵੀ ਪਤਾ ਉੱਥੇ ਬਹੁਤ ਖਰਚਾ ਹੁੰਦਾ ਵਾ, ਪ੍ਰਾਈਵੇਟ ਹਸਪੀਟਲਸ ਉਹਨਾਂ ਦੀ ਫੀਸ ਬਹੁਤ ਜ਼ਿਆਦਾ ਹੁੰਦੀ ਆ। ਪ੍ਰਾਈਵੇਟ ਹਸਪਤਾਲਾਂ 'ਚ ਤੁਸੀਂ ਚੱਲ ਜਾਂਦੇ ਹੋ ਅਤੇ 50,000 ਸਵੇਰੇ ਜਮ੍ਹਾਂ ਕਰਾ ਦਿਓ ਅਤੇ ਸ਼ਾਮ ਨੂੰ 50,000 ਖਤਮ ਹੋਇਆ ਹੁੰਦਾ, ਸ਼ਾਮ ਨੂੰ ਹੋਰ ਜਮ੍ਹਾਂ ਕਰਾ ਦਿਓ, ਵੀ ਕਿਹੜਾ ਜੰਤਰ ਮੰਤਰ ਇਹੋ ਜਿਹਾ ਜਿਹੜਾ 50,000 ਜਿਹੜਾ ਆ ਉਹ 4-5-6 ਘੰਟੇ 'ਚ ਖਤਮ ਹੋ ਜਾਂਦਾ। ਮੈਨੂੰ ਅਜੇ ਸ਼ੁਰੂ ਹੋਇਆ ਹੈ ਜੀ ਅਤੇ ਹੁਣ ਤਾਂ ਮੈਨੂੰ ਇਹ ਹੈ ਵੀ ਇੱਦਾਂ ਲੱਗਦਾ ਕਿ ਮੈਂ ਬਿਲਕੁਲ ਠੀਕ ਹੋ ਰਿਹਾ, ਨਹੀਂ ਤਾਂ ਹੱਥ ਪੈਰ ਚੱਲਦੇ ਨਹੀਂ ਸੀਗੇ। ਇਹ ਤੁਹਾਡੇ ਸਾਹਮਣੇ ਲਾਈਵ ਐਗਜ਼ਾਮਪਲ ਹੈਗੇ ਆ ਜਿੱਥੇ ਤੁਸੀਂ 1.5-2 ਲੱਖ ਕੀਤੇ ਕਿਤੇ 3-3 ਲੱਖ ਰੁਪਏ ਦੇ ਵਿੱਚ ਵੀ ਗੋਡੇ ਬਦਲੇ ਜਾ ਰਹੇ ਆ, ਪਰ ਜਿਵੇਂ ਆਂਟੀ ਹੁਣੀ ਦੱਸ ਰਹੇ ਹੈਗੇ ਆ ਬਈ 3-4 ਮਹੀਨਿਆਂ ਤੋਂ ਇੱਥੇ ਆ ਰਹੇ ਹੈਗੇ ਆ ਅਤੇ ਬਹੁਤ ਘੱਟ ਰੇਟ ਦੇ ਵਿੱਚ ਇਹਨਾਂ ਨੂੰ ਦਵਾਈ ਵੀ ਮਿਲ ਰਹੀ ਆ ਅਤੇ ਗੋਡੇ ਵੀ ਠੀਕ ਹੈਗੇ ਆ। ਗੋਡਿਆਂ ਦੇ ਵਿੱਚ ਜ਼ਿਆਦਾ ਪੇਨ ਕਿਲਰ ਲੈਂਦੇ ਆ ਜਾਂ ਫਿਰ ਗੋਡਾ ਬਦਲਾਉਣ ਨੂੰ ਕਿਹਾ ਜਾਂਦਾ, ਗੋਡਾ ਬਦਲਾਉਣਾ 1,00,000 ਰੁਪਏ ਦਾ ਖਰਚਾ, ਪਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਗੋਡਾ ਜਿਹੜਾ ਬਦਲਾਉਣਾ ਨਾ ਉਹ ਸਾਰੀ ਉਮਰ ਗੋਡਾ ਨਹੀਂ ਚੱਲਦਾ, ਉਹਦੀ ਵੀ ਉਮਰ ਆ ਕੋਈ, ਔਰ ਦੁਬਾਰਾ ਗੋਡਾ ਅਸੀਂ ਨਹੀਂ ਬਦਲਾ ਸਕਦੇ। ਜਿੱਦਾਂ ਪਹਿਲਾਂ ਦਵਾਈ ਖਾਂਦਾ ਸੀ ਅਤੇ ਦੁਬਾਰਾ ਪ੍ਰੋਬਲਮ ਆ ਜਾਂਦੀ, ਹੁਣ ਇਹ ਮੈਡੀਸਨ ਲੈ ਰਹੇ ਹਾਂ, ਜੇ ਮੈਡੀਸਨ ਮਿਸ ਵੀ ਹੋ ਰਹੀ ਹੈ ਤਾਂ ਵੀ ਮੈਨੂੰ ਫਰਕ ਹੀ ਆ। ਇੱਥੇ ਮੈਨੂੰ 6 ਮਹੀਨੇ ਹੋ ਗਏ ਦਵਾਈ ਖਾਂਦੇ ਨੂੰ, ਅਤੇ ਹੁਣ 6 ਮਹੀਨੇ ਦਾ ਮਤਲਬ ਮੈਨੂੰ 1 ਮਹੀਨਾ ਮਿਸ ਵੀ ਹੋ ਗਿਆ, ਬਟ ਕੋਈ ਵੀ ਮੈਨੂੰ ਉੱਦਾਂ ਹੀ ਦੁਬਾਰਾ ਪ੍ਰੋਬਲਮ ਨਹੀਂ ਆਈ। ਹੁਣ ਫਰਕ ਤਾਂ ਹੈਗੀ ਹੈ, ਜਿਹੜੀ ਅੰਗਰੇਜ਼ੀ ਦਵਾਈ ਉਹ ਸਾਈਡ ਇਫੈਕਟ ਕਰਦੀਆਂ ਕਰਦੀਆਂ ਨੇ, ਜਿਹੜੀ ਇਹ ਆਪਣੇ ਦੇਸੀ ਦਵਾਈ ਇਹਨਾਂ 'ਚ ਨਹੀਂ ਹੁੰਦਾ। ਐਸੀਡਿਟੀ ਵੱਧਦੀ ਆ, ਕਬਜ਼ ਹੋ ਜਾਂਦੀ ਆ, ਲਿਵਰ ਫੈਟੀ ਹੋ ਜਾਂਦਾ, ਇਹੋ ਜਿਹੇ ਰੋਗ ਜਿਹੜੇ ਬੜੇ ਕੋਮਨ ਨੇ ਅੱਜ ਕੱਲ੍ਹ ਪੇਟ ਦੇ ਰੋਗਾਂ ਦੇ, ਇਹਨਾਂ ਦਾ ਇਲਾਜ ਜਿਹੜਾ ਆ ਆਯੁਰਵੇਦ ਵਿੱਚ ਹੀ ਹੈ, ਐਲੋਪੈਥੀ 'ਚ ਹੈ ਹੀ ਨਹੀਂ। ਮੈਂ ਤਾਂ ਇਸ ਡਾਕਟਰ ਸਤਨਾਮ ਦਾ ਬਹੁਤ ਧੰਨਵਾਦ ਸ਼ਰਧਾ ਕਰਦੀ ਹਾਂ ਕਿ ਜਿਹੜਾ ਮੈਂ ਜ਼ਿੰਦਗੀ ਮਿਲ ਗਈ ਮੁੜ ਕੇ। ਜਿਹੜਾ ਗੁਦੂਦਾਂ ਦਾ ਸਾਡੇ ਇਲਾਜ ਬਹੁਤ ਵਧੀਆ ਹੈ, ਜਦੋਂ ਬਜ਼ੁਰਗਾਂ 'ਚ ਜਿਹੜਾ ਪਿਸ਼ਾਬ ਵਾਰ ਵਾਰ ਆਉਂਦਾ, ਵਾਰ ਵਾਰ ਉੱਠਣਾ ਪੈਂਦਾ ਵਿਚਾਰਿਆਂ ਨੂੰ, ਵੱਧਦੇ ਰਹਿੰਦੇ, ਗੁਦੂਦਾਂ ਦਾ ਓਪਰੇਸ਼ਨ ਕਰਾ ਕੇ ਵੀ ਦੁਬਾਰਾ ਹੋ ਜਾਂਦੇ ਨੇ, ਉਹਨਾਂ ਦਾ ਇਲਾਜ ਸਾਡੇ ਕੋਲ ਬਹੁਤ ਵਧੀਆ। ਹੁਣ ਗੱਲ ਇਹ ਹੈ ਕਿ ਛਿੱਕਾਂ ਤਾਂ ਆਪਾਂ ਨੂੰ ਛੋਟੀਆਂ ਲੱਗਦੀਆਂ, ਲੇਕਿਨ ਇਹ ਗੱਲ ਪੱਕੀ ਆ ਜਿੰਨੇ ਵੀ ਛਿੱਕਾਂ ਦੇ ਮਰੀਜ਼ ਨੇ ਉਹਨਾਂ ਨੂੰ ਦਮਾ ਹੋਣਾ ਹੀ ਹੋਣਾ, ਕੁਛ ਸਾਲਾਂ ਬਾਅਦ ਦਮਾ ਹੋ ਹੀ ਜਾਂਦਾ, ਸੋ ਇਹਦਾ ਇਲਾਜ ਕਰਾਉਣਾ ਬਹੁਤ, ਇਹਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ, ਇਲਾਜ ਕਰਾਉਣਾ ਬਹੁਤ ਜ਼ਰੂਰੀ ਹੈ। ਉੱਥੇ ਦੇਖੋ ਜੀ, ਜੇ ਮਤਲਬ 100 ਰੁਪਏ ਲੱਗਦਾ ਸੀ ਤਾਂ ਇੱਥੇ 10 ਰੁਪਏ 'ਚ ਇਲਾਜ ਆ, ਇੰਨਾ ਫਰਕ ਆ। ਲੋਕਾਂ ਦੇ ਮਨਾਂ ਵਿੱਚ ਇਹ ਗੱਲ ਬੈਠੀ ਆ, ਜਦੋਂ ਅਸੀਂ ਹਸਪਤਾਲਾਂ ਵਿੱਚ ਜਾਂਦੇ ਹਾਂ, ਮਹਿੰਗੇ ਹਸਪਤਾਲਾਂ ਵਿੱਚ ਜਾਂਦੇ ਹਾਂ, 1,00,000 ਰੁਪਈਏ ਆਮ ਹੀ ਲੱਗ ਜਾਂਦੇ ਆ, ਪਰ ਤੁਹਾਡੇ ਪੈਸੇ ਖਰਾਬ ਨਹੀਂ ਹੋਣੇ, ਤੁਹਾਡਾ ਜ਼ਿਆਦਾ ਖਰਚਾ ਨਹੀਂ ਹੋਣਾ, ਤੁਸੀਂ ਇੱਥੇ ਆਯੁਰਵੇਦਿਕ ਤਰੀਕੇ ਨਾਲ ਇਲਾਜ ਕਰਾ ਸਕਦੇ ਹਾਂ। ਸਾਡੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਹਰਦੀਪ ਸਿੰਘ ਤੱਗੜ। ਅੱਜ ਦੀ ਇਹ ਵੀਡੀਓ ਉਹਨਾਂ ਲੋਕਾਂ ਲਈ ਬਹੁਤ ਲਾਹੇਮੰਦ ਹੈ ਜੋ ਬਿਮਾਰੀਆਂ ਦੇ ਵਿੱਚ ਜਕੜੇ ਹੋਏ ਹਨ, ਜਿਨ੍ਹਾਂ ਦੇ ਗੋਡਿਆਂ ਦੇ ਵਿੱਚ ਦਰਦ ਰਹਿੰਦਾ ਹੈ, ਜਿਨ੍ਹਾਂ ਨੂੰ ਪੁਰਾਣਾ ਜ਼ੁਕਾਮ ਹੈ, ਜਿਨ੍ਹਾਂ ਦੀ ਚਮੜੀ ਦੇ ਵਿੱਚ ਐਲਰਜੀ ਹੈ, ਤੁਹਾਡੇ ਪੇਟ ਦੇ ਰੋਗ ਚਾਹੇ ਗੁਰਦਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਆ, ਅਤੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਸਾਡੇ ਬਹੁਤ ਸਾਰੇ ਦਰਸ਼ਕਾਂ ਦੀ ਭਾਰੀ ਡਿਮਾਂਡ ਸੀ, ਉਹਨਾਂ ਦਾ ਕਹਿਣਾ ਸੀ ਕਿ ਸਾਂਝ ਟੀਮ ਵੱਲੋਂ ਬਹੁਤ ਸਾਰੀ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਜਿਸ ਨਾਲ ਲੋਕਾਂ ਦਾ ਫਾਇਦਾ ਹੋ ਰਿਹਾ, ਪਰ ਸਾਨੂੰ ਕੋਈ ਅਜਿਹੇ ਹਸਪਤਾਲ ਬਾਰੇ ਦੱਸੋ ਜੋ ਕਿ ਸਸਤਾ ਇਲਾਜ ਕੀਤਾ ਜਾਵੇ, ਕਿਉਂਕਿ ਲੋਕਾਂ ਦਾ ਬਹੁਤ ਵੱਡੀ ਲੁੱਟ ਹੋ ਰਹੀ ਹੈ, 1,00,000 ਰੁਪਈਆਂ ਦੇ ਹਸਪਤਾਲਾਂ ਵਿੱਚ ਜਾ ਕੇ ਇਲਾਜ ਵੀ ਹੋ ਰਹੇ ਆ ਪਰ ਉਹਨਾਂ ਨੂੰ ਫਰਕ ਨਹੀਂ ਪੈ ਰਿਹਾ। ਲੋਕਾਂ ਦਾ ਕਹਿਣਾ ਸੀ ਕੋਈ ਅਜਿਹਾ ਹਸਪਤਾਲ ਦੱਸੋ ਜੋ ਸੇਵਾ ਭਾਵਨਾ ਨਾਲ ਕੰਮ ਕਰਦਾ ਹੋਵੇ, ਜਿੱਥੇ ਪੈਸੇ ਬਹੁਤ ਘੱਟ ਲੱਗਣ ਪਰ ਹਰ ਇੱਕ ਦਾ ਇਲਾਜ ਸਫਲ ਹੋਣਾ ਚਾਹੀਦਾ ਅਤੇ ਬਿਮਾਰੀ ਜੜ੍ਹ ਤੋਂ ਖਤਮ ਹੋਣੀ ਚਾਹੀਦੀ ਆ।
उस तो बाद साड़ी टीम ने बहुत बरीकी नाल जांच की। करीब एक महीना काम करने बाद असी सर्च की तो पूरे दुआबे दे विच नहीं पूरे इंडिया दे विच सब तो वड्डा आयुर्वेदिक हॉस्पिटल असी जलंधर दे विच पाया गया जड़ा कि आरोग्या आयुर्वेदिक हॉस्पिटल जलंधर दे विच हैगा। इस दीआं पंज ब्रांचां वख वख शहरां दे विच हैगीआं। लोगों का इतने कहना आ कि असी जो बाहर जाने तो असी गोडे बदाने ढाई ढाई तीन तीन लाख रुपया साढ़े को मंगे गए पर जो उ गए असी तो सानू सिर्फ महीने की 1800-2000-2500 की दवाई ना आराम आ गया। चाहे असी पेट दी बीमारियों की गल कर लिए चाहे एलर्जी की गल कर लिए किसी भी बीमारी की गल कर लिए आरोग्यम आयुर्वेदिक वालों लोग काफ़ी सफल इलाज करा रहे। चाहे तुम विदेशों के बैठे हो तो भी घबराने की लोड़ नहीं थोड़े घर तक ये मेडिसिन पहुँचाई जा रही है। सो हुण असीं जावांगे आरोग्यम आयुर्वेदिक हॉस्पिटल जलंधर ते डॉक्टर साहब नाल करांगे गलबात पहुँचावांगे तुहाडे कोल असली जानकारी वेखांगे ते उत्ते जिन्ने भी मरीज आया उन्हां नाल करांगे गलबात। आओ चलिए सो हुण असीं पहुँच चुके हाँ जलंधर के आरोग्यम आयुर्वेदिक हस्पताल के जिथे पंजाब के कोने कोने तो मरीज आ के अपना इलाज करा रहे। उन्होंने मरीजों का कहना है कि जिथे वो वड्डे हस्पतालों में जाके लखां रुपए ला रहे पर फिर भी उन्होंने पता नहीं होंदा वो ठीक होना या नहीं होना। उसकी बजाए जो आरोग्या आयुर्वेदिक हस्पताल आए तो लखां रुपये की बजाय सिर्फ हज़ारां रुपयां दे विच इलाज किया इलाज भी जिहड़ा उन्हां दा बीमारियां नूं डॉक्टर साहब वालों जड़ तों खत्म किया गया है। ये बहुत बड़ा जिहड़ा कि इस हॉस्पिटल कह सकते हैं कि एक गॉड गिफ्ट है। जिन्हें भी हुण तक मरीज आए तो उन्होंने सफलतापूर्वक इलाज किया गया है। जेकर दूजे पासे गल करिए इंग्लैंड की पार्लीमेंट में डॉक्टर सतनाम सिंह डॉक्टर हरवीन कौर न बतौर बी आई पी स्पीकर वालों सन्मानित भी किया गया है। बहुत ही वड्डे पद्धर से इन वालों लोगों का फायदा किया जा रहा लोगों की सेवा की जा रही है तो लोग इतने आके इलाज करवा रहे। सो हुण असीं इत्थे डॉक्टर सतनाम सिंह जी नाल भी गलबात करांगे पर इत्थे जिन्ने मरीज आए हुए पहलां असीं उन्हां नाल गल करांगे क्योंकि जिहड़े पंजाब दे कोने कोने तो जां दुआबे दे कोने कोने तो इत्थे मरीज आए हैगे आ उह इत्थे आ के इलाज करा रहे आ उन्हां नूं की रिस्पोंस हैगा। ये भी गल पुछांगे भी जदों बाहर वह हॉस्पिटल में गए आ इंग्लिश इलाज कराया उन्हां दा किन्ना खर्चा आया जदों दा इह आरोग्यम आयुर्वेदिक हॉस्पिटल में आया तो किन्ने खर्चा उन्हां दा घटिया हैगा की इलाज कराया किन्ने टाइम दे विच उन्हां नूं फर्क पैना शुरू होया ये भी आपां गलबात करांगे। सो हुण असीं पहुँच चुके हाँ आरोग्यम आयुर्वेदिक हॉस्पिटल में इत्थे काफ़ी मरीज आए हुए हैं पहला असीं इत्थों के जिहड़े मरीज आए उन्हां नाल गलबात करांगे तो फिर असीं डॉक्टर साहब नाल भी राबता बनावांगे उन्हां तों भी जिहड़ी इनफॉर्मेशन लवांगे। हाँ जी मैडम तुसीं कित्थों आए हो? असीं जलंधर तों आए हां। की इलाज करवाउणा तुसीं इत्थे आउणे हैगे? मैं अपने गोडिआं दा कराउण आई हां। गोडिआं दे विच की प्रॉब्लम आ किन्ने चिर तों हैगी आ? काफ़ी टाइम तों सी मैनूं मैं मतलब कि गोडिआं च दर्दां बहुत ज़्यादा सी चलिया फिरिया नहीं जांदा डॉक्टर ने मैं काफ़ी हॉस्पिटलों दिखाया जो भी उन्होंने रिप्लेसमेंट का कहा से पर असी इन्ना खर्चा ही नहीं कर सकते नाले रिप्लेसमेंट तो बाद भी कोई गरंटी नहीं होती। जो तुम पहला हॉस्पिटल गए हैं उन्होंने कहा भी थोड़े गोडे बदलने पैने है ना तो लखा रुपये लगने हैं तो उस तो बाद जो आरोग्यम हस्पताल में आए हैं थानू कि इतने इलाज चल रहा कि खर्चा थोड़ा इतने हो रहा? नहीं किसी ने सू दसिया आरोग्यम बारे फिर असं इतने आए तो इतने इन्होंने मतलब साडा खर्चा बहुत घट है भी अपनी रेंज के हिसाब न असं दवाई ले सकते हैं फर्क भी है भी हौली हौली पै रहा वो कहें इदा ही ठीक हो जाएगा। तो सर तुम कितों आए हो? मैं जलंधर। थानू की प्रॉब्लम हैगी किस जो बीमारी का इलाज करवा आ रहे इतने? मैनू है गठिया गठिया का इलाज ले मैं किसी ने दसिया भी उन्होंने को जाओ तो थोड़ा बिल्कुल इलाज सही हो जाएगा। मैं कहना कोई खर्चे वाली गल नहीं इतने मतलब आम बंदा दवाई ले सकता बहुत वधिया। मैं कहना जी आम बंदे नू दवाई बहुत वधिया मिल सकती है खर्चा भी बिल्कुल घट है। तुसी आम डॉक्टर को चल जाओ कोई 500 रुपया फीस लैन दिया कोई 1000 रुपया फीस लैन दिया एक बार दवाई दवाई लिख देंगे 1000 रुपये की दवाई लिख देंगे इतने कोई खर्चे ऐसी गल नहीं एड्डी वड्डी। भाई कितों आए तुसी? भाई अपना जलंधर कैंट एरिया जी।
ਜਲੰਧਰ ਕੈਂਟ ਬਈ ਭਾਜੀ ਕੀ ਆਪਾਂ ਨੂੰ ਪ੍ਰੋਬਲਮ ਸੀਗੀ ਕੀ ਜਿਹੜਾ ਇਲਾਜ ਤੁਸੀਂ ਕਰਾਉਣ ਆਏ ਹੋ ਕਿਸ ਬਿਮਾਰੀ ਦਾ ਇਲਾਜ ਕਰਾ ਰਹੇ ਹੋ ਆਪਾਂ ਸਾਹ ਦਮਾ ਰੋਗ ਦੀ ਪ੍ਰੋਬਲਮ ਸੀ 10 ਸਾਲ ਤੋਂ ਭਾਈ ਪ੍ਰੋਬਲਮ ਸੀਗੀ ਅਤੇ ਕਾਫੀ ਇਲਾਜ ਕਰਵਾਇਆ ਐਲੋਪੈਥਿਕ ਵੀ ਹੋਮਿਓਪੈਥਿਕ ਵੀ ਅਤੇ ਬਾਅਦ ਵਿੱਚ ਆਪਾਂ ਐਡ ਦੇਖੀ ਇਹਨਾਂ ਦੀ ਰੋਗਮ ਹੋਸਪਿਟਲ ਦੀ ਤਾਂ ਇਹਨਾਂ ਤੋਂ ਇਲਾਜ ਕਰਵਾਇਆ 5 ਮਹੀਨਿਆਂ ਵਿੱਚ ਬਿਲਕੁਲ ਠੀਕ ਹੋ ਗਿਆ ਹੁਣ ਤੁਹਾਨੂੰ ਕਿੰਨਾ ਕੁ ਫਰਕ ਲੱਗਦਾ ਪਹਿਲਾਂ ਨਾਲੋਂ ਭਾਈ 100% ਬਿਲਕੁਲ ਠੀਕ ਹਾਂ ਅੰਕਲ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਜਲੰਧਰ ਤੋਂ ਆਇਆ ਕੀ ਸਮੱਸਿਆ ਹੈ ਤੁਹਾਨੂੰ ਮੇਰੇ ਪੈਰਾਂ ਨੂੰ ਸਰੀਰ ਨੂੰ ਸੜਨ ਪੈਂਦੀ ਹੈ ਜੀ ਸਾੜ ਪੈਂਦਾ ਹਾਂਜੀ ਅਤੇ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਆ ਕੇ ਇਲਾਜ ਕਰਵਾ ਰਹੇ ਹੋ 15 ਦਿਨ ਹੋ ਗਏ ਮੈਨੂੰ ਅੱਜ ਮੈਂ ਕਰਤਾਰਪੁਰ ਤੋਂ ਕੀ ਪ੍ਰੋਬਲਮ ਤੁਹਾਨੂੰ ਮੈਨੂੰ ਸ਼ੂਗਰ ਹੈ ਸ਼ੂਗਰ ਹਾਈ ਦਿਨ ਕਾਫੀ ਮੈਂ ਅੱਗੇ ਜਿਹੜੀ ਉਹਨੇ ਦਵਾਈ ਖਾਂਦਾ ਮੈਨੂੰ ਜਲਣ ਹੁੰਦੀ ਸੀ ਮੈਂ ਮਿਸ ਹੋ ਜਾਂਦੀ ਸੀ ਅਤੇ ਮੈਨੂੰ ਮੁਸ਼ਕਿਲ ਹੁੰਦੀ ਤੁਸੀਂ ਕਿੱਥੋਂ ਆਏ ਹੋ ਮੈਡਮ ਜੀ ਅਸੀਂ ਬੁੱਟਾ ਮੰਡੀ ਸਾਹ ਗਿਆ ਤੁਹਾਨੂੰ ਕੀ ਪ੍ਰੋਬਲਮ ਹੈਗੀ ਆ ਜੀ ਪ੍ਰੋਬਲਮ ਸੀ ਗੋਡੇ ਨਹੀਂ ਸੀ ਦੁਖਣਾ ਹਟਦੇ ਜਿਵੇਂ ਪਹਿਲਾਂ ਤੁਸੀਂ ਕਿੱਥੋਂ ਕਿੱਥੋਂ ਇਲਾਜ ਕਰਾਇਆ ਇੰਗਲਿਸ਼ ਦਵਾਈਆਂ ਵੀ ਲਈਆਂ ਇੰਗਲਿਸ਼ ਤਾਂ ਇਸੇ ਕਰਕੇ ਨਹੀਂ ਸੀ ਫਰਕ ਪੈਂਦਾ ਫਿਰ ਚਲੋ ਯਾਰ ਅੱਜ ਤਾਂ ਵਧੀਆ ਆਇਆ ਖਾ ਕੇ ਦੇਖਦੇ ਇੰਨਾ ਫਰਕ ਕਿਤੇ ਡਾਕਟਰਾਂ ਵੱਲੋਂ ਤੁਹਾਨੂੰ ਗੋਡੇ ਬਦਲਣ ਦਾ ਵੀ ਕਿਹਾ ਗਿਆ ਬਾਹਰ ਕਿਹਾ ਸੀ ਉਸ ਅਤੇ ਕਿੰਨੇ ਰੁਪਏ ਖਰਚਾ 1.5 ਲੱਖ ਮੰਗਦੇ ਸੀ ਅਸੀਂ ਇੰਨਾ ਖਰਚਾ ਕਰ ਨਹੀਂ ਸੀ ਸਕਦੇ ਫਿਰ ਸਾਨੂੰ ਇਹਨਾਂ ਦਾ ਪਤਾ ਲੱਗਾ ਨਾਲੇ ਮੈਂ ਅਖਬਾਰ 'ਚ ਅਸੀਂ ਐਡ ਪੜ੍ਹੀ ਅਤੇ ਸਾਨੂੰ ਫਰਕ ਹੈ ਹੁਣ ਤੁਹਾਡਾ ਬਾਹਰ ਤਾਂ ਤੁਸੀਂ ਕਹਿੰਦੇ ਹੋ ਵੀ 1.5-2 ਲੱਖ 1.5 ਲੱਖ ਕਹਿੰਦੇ ਸੀਗੇ ਪਰ ਇੱਥੇ ਤੁਹਾਡਾ ਕਿੰਨਾ ਖਰਚਾ ਆ ਰਿਹਾ ਹਰ ਮਹੀਨੇ ਆਉਂਦਾ 1800 ਵੀ ਆ ਜਾਂਦਾ 1500-1600 ਜਿਹੜੇ ਕੋਈ ਵਿੱਚ ਬਦਲ ਫਰਕ ਪੈਂਦਾ ਨਾ ਉਹ ਘੱਟ ਹੋ ਜਾਂਦੇ ਆ ਇਹ ਤੁਹਾਡੇ ਸਾਹਮਣੇ ਲਾਈਵ ਐਗਜ਼ਾਮਪਲ ਹੈਗੇ ਆ ਜਿੱਥੇ ਤੁਸੀਂ 1.5-2 ਲੱਖ ਕਿਤੇ ਕਿਤੇ 3-3 ਲੱਖ ਰੁਪਏ ਦੇ ਵਿੱਚ ਵੀ ਗੋਡੇ ਬਦਲੇ ਜਾ ਰਹੇ ਆ ਪਰ ਜਿਵੇਂ ਆਂਟੀ ਹੁਣੀ ਦੱਸ ਰਹੇ ਹੈਗੇ ਆ ਬਈ 3-4 ਮਹੀਨਿਆਂ ਤੋਂ ਇੱਥੇ ਆ ਰਹੇ ਹੈਗੇ ਆ ਅਤੇ ਬਹੁਤ ਘੱਟ ਰੇਟ ਦੇ ਵਿੱਚ ਇਹਨਾਂ ਨੂੰ ਦਵਾਈ ਵੀ ਮਿਲ ਰਹੀ ਆ ਅਤੇ ਗੋਡੇ ਵੀ ਠੀਕ ਹੈਗੇ ਆ ਚੱਲਣ ਦੇ ਵਿੱਚ ਵੀ ਇਹਨਾਂ ਨੂੰ ਰਾਹਤ ਮਿਲ ਰਹੀ ਆ ਅਤੇ ਕੋਈ ਵੀ ਜਿਹੜੀ ਕੜਕੜ ਦੀ ਆਵਾਜ਼ ਨਹੀਂ ਆਉਂਦੀ ਸੋ ਤੁਸੀਂ ਆਪਣੇ ਜਿਹੜੇ ਇੰਨੇ ਪੈਸੇ ਵੇਸਟ ਕਰਨੇ ਆ ਫਿਰ ਵੀ ਇਲਾਜ ਸਹੀ ਹੁੰਦਾ ਨਹੀਂ ਹੁੰਦਾ ਫਰਕ ਪੈਂਦਾ ਨਹੀਂ ਪੈਂਦਾ ਪਤਾ ਨਹੀਂ ਪਰ ਇੱਥੇ ਇਲਾਜ ਵੀ ਸਸਤਾ ਕੀਤਾ ਜਾਂਦਾ ਅਤੇ ਬਿਮਾਰੀ ਜੜ੍ਹ ਤੋਂ ਖਤਮ ਕੀਤੀ ਜਾ ਰਹੀ ਆ ਤੁਸੀਂ ਕਿੱਥੋਂ ਆਏ ਹੋ ਸਰ ਮੈਂ ਇੱਥੋਂ ਜਲੰਧਰ ਤੋਂ ਆਇਆ ਜੀ ਕੀ ਪ੍ਰੋਬਲਮ ਤੁਹਾਨੂੰ ਸਰ ਮੈਨੂੰ ਐਲਰਜੀ ਦੀ ਪ੍ਰੋਬਲਮ ਸੀ ਸਿਟਰਾਜਨ ਦੀ ਗੋਲੀ ਖਾਂਦਾ ਸੀ ਐਲਰਜੀ ਦੀ ਉਹਨਾਂ ਮੇਰੀ ਜਿਹੜੀ ਸਮਰਨ ਸ਼ਕਤੀ ਯਾਦਾਸ਼ ਸ਼ਕਤੀ ਉਹ ਘਟਦੀ ਪਈ ਸੀ ਅਤੇ ਨਾਲੇ ਮੈਨੂੰ ਇਮਿਊਨਿਟੀ ਵੀਕ ਹੋ ਰਹੀ ਅਤੇ ਆਯੁਰਵੈਦਿਕ ਮੈਡੀਸਨ ਖਾਣ ਨਾਲ ਮੇਰੀ ਇਮਿਊਨਿਟੀ ਵੀ ਸਟਰੋਂਗ ਹੋ ਰਹੀ ਹੈ ਅਤੇ ਮੇਰੀ ਯਾਦਾਸ਼ ਸ਼ਕਤੀ ਵੀ ਆ ਰਹੀ ਜਿਵੇਂ ਤੁਸੀਂ ਪਹਿਲਾਂ ਇਲਾਜ ਕਰਾਇਆ ਤੁਸੀਂ ਕਹਿੰਦੇ ਤੁਸੀਂ ਠੀਕ ਵੀ ਨਹੀਂ ਹੋਏ ਤੁਹਾਨੂੰ ਫਰਕ ਵੀ ਨਹੀਂ ਪਿਆ ਉੱਥੇ ਕਿੰਨਾ ਖਰਚਾ ਆਉਂਦਾ ਸੀ ਇੱਥੇ ਤੁਹਾਡਾ ਕਿੰਨਾ ਖਰਚਾ ਆਉਂਦਾ ਕਿੰਨਾ ਕੁ ਡਿਫਰੈਂਸ ਹੈਗਾ ਉੱਥੇ ਸਰ ਮੇਰੇ ਹਫ਼ਤੇ ਦਾ 1000 ਰੁਪਏ ਲੱਗ ਜਾਂਦਾ ਸੀ ਸੋ ਇਹ ਵੀ ਇੱਕ ਪੁਆਇੰਟ ਵਾਲੀ ਗੱਲ ਹੈਗੀ ਆ ਜਿਵੇਂ ਆਪਾਂ ਸਿਟਰੀਜਨ ਗੋਲੀ ਖਾ ਲੈਂਦੇ ਹਾਂ ਜਾਂ ਕਹਿ ਦਿੰਦੇ ਹਾਂ ਵੀ ਆਪਣੇ ਖਾਜ ਖੁਜਲੀ ਹੁੰਦੀ ਆ ਪਰ ਭਾਜੀ ਹੁਣੀ ਦੱਸ ਰਹੇ ਉਹਨਾਂ ਜਿਹੜਾ ਯਾਦਾਸ਼ ਵੀ ਪਿੱਛੇ ਨੂੰ ਜਾਂਦੀ ਆ ਅਤੇ ਹੋਰ ਵੀ ਕਈ ਪ੍ਰੋਬਲਮਸ ਆਉਂਦੀਆਂ ਪਰ ਤੁਸੀਂ ਆਯੁਰਵੈਦਿਕ ਤਰੀਕੇ ਨਾਲ ਜੇਕਰ ਇਲਾਜ ਕਰਾਉਂਦੇ ਆ ਅਤੇ ਇਲਾਜ ਵੀ ਸਫਲ ਹੋ ਰਿਹਾ ਅਤੇ ਪੈਸੇ ਵੀ ਤੁਹਾਡੇ ਘੱਟ ਲੱਗ ਰਹੇ ਹੈਗੇ ਹੁਣ ਬੱਚੇ ਨੂੰ ਇੱਥੇ ਫਰਕ ਹੋ ਰਿਹਾ ਜੇ ਤੁਸੀਂ ਇੱਥੇ ਇਲਾਜ ਕਰਾ ਰਹੇ ਹੋ ਹਾਂਜੀ ਸਾਨੂੰ ਆਖਿਆ ਵੀ ਕਈ ਮਹੀਨੇ ਸਾਨੂੰ ਦਵਾਈ ਖਾਣੀ ਪਊਗੀ 5-7 ਮਹੀਨੇ ਸਹੀ ਤਾਂ ਜਮ੍ਹਾਂ ਪੈਸੇ 5-7 ਮਹੀਨੇ 'ਚ ਹੋਊਗਾ ਅਤੇ ਉਹ ਅਸੀਂ ਮਹੀਨੇ ਦੀ ਦਵਾਈ ਲਿੱਤੀ ਹੈ ਜੀ 6 ਮਹੀਨੇ ਦੇ ਨਾਲ ਮਾੜਾ ਮੋਟਾ ਫਰਕ ਲੱਗਦਾ ਕੁਛ ਪਰਸੈਂਟ ਫਰਕ ਹੈਗਾ ਗਾ ਅਤੇ ਡਾਕਟਰ ਸਾਹਿਬ ਵੱਲੋਂ ਕਿਵੇਂ ਤੁਹਾਨੂੰ ਮਿਲਿਆ ਜਾ ਰਿਹਾ ਕਿਵੇਂ ਕਿਸ ਤਰੀਕੇ ਨਾਲ ਸਮਝਾਇਆ ਜਾਂਦਾ ਤੁਹਾਨੂੰ ਬਹੁਤ ਵਧੀਆ ਸਮਝਾਇਆ ਜਾਂਦਾ ਜੀ ਜਿੰਨਾ ਟਾਈਮ ਇਹ ਡਾਕਟਰ ਲਾਉਂਦੇ ਉੰਨਾ ਟਾਈਮ ਅੰਗਰੇਜ਼ੀ ਡਾਕਟਰ ਲਈ ਲਾਉਂਦੇ ਹਾਂ ਅੱਧਾ ਅੱਧਾ ਘੰਟਾ ਤਕਰੀਬਨ ਸਾਨੂੰ 2-3 ਡਾਕਟਰਾਂ ਨੇ ਦੇਖਿਆ ਅੱਗੇ ਪਹਿਲੀ ਵਾਰ ਆਏ ਸੀ ਅਤੇ ਅਸੀਂ ਬਹੁਤ ਤੁਹਾਨੂੰ ਇੰਗਲਿਸ਼ ਦਵਾਈਆਂ ਅਤੇ ਆਯੁਰਵੈਦਿਕ ਦਵਾਈਆਂ ਦੇ ਵਿੱਚ ਕੋਈ ਫਰਕ ਦਿਸ ਰਿਹਾ ਇੱਥੇ ਜਦੋਂ ਤੁਸੀਂ ਆਏ ਹੋ ਫਰਕ ਤਾਂ ਹੈਗੀ ਹੈ ਜਿਹੜੀ ਅੰਗਰੇਜ਼ੀ ਦਵਾਈਆਂ ਉਹ ਸਾਈਡ ਇਫੈਕਟ ਕਰਦੀਆਂ ਨੇ ਜਿਹੜੀ ਇਹ ਆਪਣੀ ਦੇਸੀ ਦਵਾਈਆਂ ਇਹਨਾਂ 'ਚ ਨਹੀਂ ਹੁੰਦਾ ਸਰ ਕਿੱਥੋਂ ਆਏ ਹੋ ਤੁਸੀਂ ਮੈਂ ਇੱਥੋਂ ਜਲੰਧਰ ਸਿਟੀ ਤੋਂ ਆਇਆ ਜੀ ਇੱਥੇ ਸਟੇਸ਼ਨ ਸਾਈਡ ਤੋਂ ਆਇਆ ਕੀ ਤੁਹਾਨੂੰ ਸਮੱਸਿਆ ਕਿਸ ਬਿਮਾਰੀ ਦਾ ਇਲਾਜ ਕਰਾਉਣ ਆਏ ਹੋ ਤੁਸੀਂ ਉਹ ਬੜੀ ਸਮੱਸਿਆ ਸੀ ਸਾਹ ਦੀ ਮੇਰੀ ਬੜੀ ਸਮੱਸਿਆ ਸੀ ਰੇਸ਼ਾ ਵੀ ਸੀ ਪੂਰਾ ਦਿਨ ਹਫ਼ਤੇ ਰਹਿਣਾ ਖੰਘਦੇ ਰਹਿਣਾ ਅਤੇ ਬਸ ਮਾੜਾ ਨਾਲ ਚੱਲਣਾ ਅਤੇ ਸਾਹ ਚੜ੍ਹ ਜਾਣਾ ਰੇਸ਼ਾ ਖਾਂਸੀ ਬਹੁਤ ਬੁਰਾ ਹਾਲ ਸੀ ਬੜਾ ਘੁੰਮਿਆ ਫਿਰਿਆ ਇਲਾਜ ਲੂਜ ਕਰਾਇਆ ਪਰ ਜੇ ਥੋੜ੍ਹਾ ਠੀਕ ਹੁੰਦਾ ਇਸ ਤੋਂ ਜ਼ਿਆਦਾ ਹੋਰ ਨੁਕਸ ਪੈ ਜਾਂਦੇ ਸੀ ਅਤੇ ਹੁਣ ਫਿਰ 4-5 ਮਹੀਨੇ ਪਹਿਲਾਂ ਮੇਰਾ ਇੱਕ ਫਰੈਂਡ ਹੈਗੇ ਸੀਗੇ ਉਹਨਾਂ ਨੇ ਦੱਸਿਆ ਇੱਥੇ ਦਾ ਰੋਗ ਹੁੰਦਾ ਇਹਨੂੰ ਆ ਕੇ ਦਵਾਈ ਸ਼ੁਰੂ ਕੀਤੀ ਹੌਲੀ ਹੌਲੀ ਹੁਣ 3 ਮਹੀਨੇ ਬੀਤ ਗਏ ਨੇ ਅਤੇ 75% ਤੱਕ ਮੈਂ ਬਿਲਕੁਲ ਠੀਕ ਹੈ ਮੈਂ ਆਪ ਹੁਣ ਆ ਰਿਹਾ ਇਕੱਲਾ ਆ ਜਾਂਦਾ ਇਕੱਲਾ ਚੱਲ ਜਾਂਦਾ ਸੈਰ ਸੁਰ ਵੀ ਕਰ ਲਈ ਦੀ ਹੈ ਅਤੇ ਅੱਗੇ ਜਿੱਦਾਂ ਛਾਤੀ ਖੜਕਣ ਕਰਦੀ ਸੀ ਖਾਂਸੀ ਰੇਸ਼ਾ ਸਭ ਹੁਣ ਹੌਲੀ ਹੌਲੀ ਮਿਟ ਗਿਆ ਅਤੇ ਮੈਨੂੰ ਤਾਂ ਬਹੁਤ ਮਤਲਬ ਇੱਥੇ ਆ ਕੇ ਫਾਇਦਾ ਵੀ ਹੋਇਆ ਚੰਗਾ ਵੀ ਹੋਇਆ ਖਰਚਾ ਵੀ ਕੋਈ ਖਾਸ ਨਹੀਂ ਜਿਵੇਂ ਪਹਿਲਾਂ ਤੁਸੀਂ ਇਲਾਜ ਕਰਾਇਆ ਤੁਸੀਂ ਕਹਿੰਦੇ ਹੋ ਵੀ ਇੰਗਲਿਸ਼ ਦਵਾਈਆਂ ਵੀ ਖਾਧੀਆਂ ਉੱਥੇ ਕਿੰਨਾ ਖਰਚ ਆ ਜਾਂਦਾ ਸੀ ਫਿਰ ਇੱਥੇ ਆਯੁਰਵੈਦਿਕ ਤੁਸੀਂ ਆ ਇੱਥੇ ਕਿੰਨਾ ਕੁ ਫਰਕ ਹੈਗਾ ਪੈਸਿਆਂ ਦੇ ਵਿੱਚ ਉੱਥੇ ਦੇਖੋ ਜੀ ਜੇ ਮਤਲਬ 100 ਰੁਪਏ ਲੱਗਦਾ ਸੀ ਇੱਥੇ 10 ਰੁਪਏ 'ਚ ਇਲਾਜ ਇੰਨਾ ਫਰਕ ਆ ਆਂਟੀ ਜੀ ਤੁਸੀਂ ਕਿੱਥੋਂ ਆਏ ਹੋ ਜਲੰਧਰ ਸ਼ਹਿਰ ਕੀ ਪ੍ਰੋਬਲਮ ਤੁਹਾਨੂੰ
ਮੈਨੂੰ ਮੇਰੇ ਰਾਤ ਨੂੰ ਮੈਂ ਇੱਥੇ ਪਈ ਮੇਰੇ ਰਾਤ ਨੂੰ ਧੜਕਣ ਤੇਜ਼ ਹੋ ਗਈ ਦਰਦ ਹੋਣ ਲੱਗ ਪਈ ਅਤੇ ਜਦ ਦਰਦ ਹੋਣ ਲੱਗ ਪਈ ਤਾਂ ਫਿਰ ਮੈਂ ਡਾਕਟਰ ਕੋਲ ਗਈ ਅਤੇ ਉਹਨੇ ਮੇਰੀ ਐਂਜੀਓਗ੍ਰਾਫੀ ਕੀਤੀ ਐਂਜੀਓਗ੍ਰਾਫੀ ਕਰਕੇ ਉਹ ਕਹਿੰਦੇ ਵੀ 2-3 ਲੱਖ ਦਾ ਸਟੰਟ ਪੈਣਾ ਮੈਂ ਕਿਹਾ ਨਹੀਂ ਕਿਉਂ ਇੰਨੀ ਸਾਡੇ 'ਚ ਗੁੰਜਾਇਸ਼ ਨਹੀਂ ਅਤੇ ਫਿਰ ਮੈਂ ਕਿ ਉੱਥੇ ਦਵਾਈ ਅੰਗਰੇਜ਼ੀ ਉਹਨੇ ਲਿਖ ਦਿੱਤੀ ਮੈਂ ਘਰ ਆ ਗਈ ਘਰ ਆ ਗਈ ਤਾਂ ਫਿਰ ਇੱਧਰ ਪਤਾ ਲੱਗਾ ਐਡ ਆਉਂਦੀ ਸੀ ਤਾਂ ਉੱਥੇ ਪਤਾ ਲੱਗਾ ਤਾਂ ਮੈਂ ਇੱਥੇ ਦਵਾਈ ਸ਼ੁਰੂ ਕਰ ਲਈ ਆਪ ਹੁਣ ਅੰਗਰੇਜ਼ੀ ਜਿੱਦਾਂ ਮੇਰੀ ਨੋਰਮਲ ਚੱਲਦੀ ਹੈ ਇੱਥੋਂ ਦਵਾਈ ਮੈਂ ਪੱਕੀ ਖਾਂਦੀ ਤੁਹਾਨੂੰ ਉੱਥੇ ਨੇ ਕਿਹਾ 2-3 ਲੱਖ ਰੁਪਇਆ ਲੱਗਣਾ ਜਦੋਂ ਤੁਸੀਂ ਇੱਥੇ ਆਏ ਹਾਂ ਤੁਹਾਡਾ ਕਿੰਨਾ ਖਰਚਾ ਲੱਗਾ ਇੱਥੇ ਮੇਰਾ ਬਹੁਤ ਨੋਰਮਲ 2000 ਹੱਦ ਮਸੀ 1500-2500 ਤਾਂ ਬਸ ਇੱਥੋਂ ਵੱਧ ਮੈਂ ਤਾਂ ਇਸ ਡਾਕਟਰ ਸਤਨਾਮ ਦਾ ਬਹੁਤ ਧੰਨਵਾਦ ਸ਼ਰਧਾ ਕਰਦੀ ਹਾਂ ਕਿ ਜਿਹੜਾ ਮੈਂ ਜ਼ਿੰਦਗੀ ਮਿਲ ਗਈ ਮੁੜ ਕੇ ਤੁਹਾਨੂੰ ਕੀ ਪ੍ਰੋਬਲਮ ਆ ਤੁਸੀਂ ਇੱਥੇ ਕੀ ਇਲਾਜ ਕਰਾਉਣ ਆਏ ਹੋ ਸਰ ਮੈਨੂੰ ਪੁਰਾਣਾ ਜ਼ੁਕਾਮ ਸੀਗਾ ਜੀ ਕਾਫੀ ਦੇਰ ਤੋਂ 2-3 ਸਾਲ ਤੋਂ ਚੱਲਦਾ ਆ ਰਿਹਾ ਸੀਗਾ ਠੀਕ ਹੈ ਜੀ ਅਤੇ ਮੈਂ ਕਾਫੀ ਦੇਰ ਤੋਂ ਲੁਧਿਆਣੇ ਤੋਂ ਇਲਾਜ ਕਰਵਾ ਰਹੀ ਸੀ ਅਤੇ ਪਰ ਮੈਨੂੰ ਠੀਕ ਨਹੀਂ ਹੋ ਰਿਹਾ ਸੀਗਾ ਫਿਰ ਤੁਸੀਂ ਇੱਥੇ ਜਲੰਧਰ ਕਿਵੇਂ ਆਏ ਆਰੋਗਿਅਮ ਹੋਸਪਿਟਲ ਵਿੱਚ ਸਰ ਮੈਂ ਇਹਨਾਂ ਦਾ ਫੇਸਬੁੱਕ 'ਤੇ ਪੜ੍ਹਿਆ ਸੀਗਾ ਆਰੋਗਿਅਮ ਦੇ ਬਾਰੇ ਅਤੇ ਮੈਂ ਇੱਥੇ ਕਾਲ ਕੀਤੀ ਅਤੇ ਮੈਂ ਇੱਥੇ ਜਦੋਂ ਆ ਕੇ ਦਵਾ ਲਈ ਹੈ ਅਤੇ ਮੈਨੂੰ 2 ਮਹੀਨੇ ਹੋ ਗਏ ਉੱਥੇ ਮੈਡੀਸਨ ਲੈਂਦੇ ਹੋਏ ਅਤੇ ਹੁਣ ਮੈਨੂੰ ਕਾਫੀ ਹੱਦ ਤੱਕ ਆਰਾਮ ਹੈ ਮੈਡਮ ਤੁਸੀਂ ਕਿੱਥੋਂ ਆਏ ਹੋ ਮੈਂ ਨਕੋਦਰ ਸ਼ਹਿਰ ਤੋਂ ਆਈ ਹਾਂ ਕੀ ਪ੍ਰੋਬਲਮ ਤੁਹਾਨੂੰ ਮੈਨੂੰ ਪੇਟ ਦੀ ਐਸੀਡਿਟੀ ਰਹਿੰਦੀ ਸੀਗੀ ਅਤੇ ਮੈਂ ਕਾਫੀ ਮੈਨੂੰ ਪੇਟ ਦੀ ਬਿਮਾਰੀ ਬਹੁਤ ਰਹਿੰਦੀ ਹੁੰਦੀ ਸੀਗੀ ਅਤੇ ਮੈਂ ਐਡਮਿਟ ਵੀ ਰਹੀ ਹਾਂ ਕਾਫੀ ਹੋਸਪਿਟਲ 'ਚ ਬਟ ਮੈਨੂੰ ਕੋਈ ਫਰਕ ਨਹੀਂ ਪਿਆ ਬਟ ਮੈਨੂੰ ਕਿਸੇ ਨੇ ਮੇਰੇ ਰੈਲੇਟਿਵਸ ਆ ਉਹਨਾਂ ਨੇ ਮੈਨੂੰ ਆਰੋਗਿਅਮ ਬਾਰੇ ਦੱਸਿਆ ਹੋਸਪਿਟਲ ਬਾਰੇ ਅਤੇ ਮੈਂ ਇੱਥੇ ਆਈ ਅਤੇ ਦੈਨ ਮੈਨੂੰ ਮੈਡੀਸਿਨਸ ਇਹਨਾਂ ਨੇ ਦਿੱਤੀ 3-4 ਮਹੀਨਿਆਂ ਦੀ ਮੈਨੂੰ ਪੂਰਾ ਇਹਨਾਂ ਨੇ ਟ੍ਰੀਟਮੈਂਟ ਦਿੱਤਾ ਦੈਨ ਮੈਂ 1 ਮਹੀਨੇ 'ਚ ਮੈਨੂੰ ਫਰਕ ਪੈਣਾ ਸਟਾਰਟ ਹੋ ਗਿਆ ਸੀਗਾ ਜਿਹੜੇ ਪ੍ਰਾਈਵੇਟ ਹੋਸਪਿਟਲਸ ਹੁੰਦੇ ਆ ਤੁਹਾਨੂੰ ਵੀ ਪਤਾ ਉੱਥੇ ਬਹੁਤ ਖਰਚਾ ਹੁੰਦਾ ਵਾ ਪ੍ਰਾਈਵੇਟ ਹੋਸਪਿਟਲਸ ਉਹਨਾਂ ਦੀ ਫੀਸ ਬਹੁਤ ਜ਼ਿਆਦਾ ਹੁੰਦੀ ਆ ਦੈਨ ਜਿਹੜੇ ਆਯੁਰਵੇਦਿਕ ਆ ਹੋਸਪਿਟਲ ਆ ਇੱਥੇ ਬਹੁਤ ਜੈਨੂਅਨ ਰੇਟ ਆ ਇੱਥੇ ਫਰਕ ਵੀ ਬਹੁਤ ਮਤਲਬ ਹੌਲੀ ਹੌਲੀ ਪੈਂਦਾ ਬਟ ਫਰਕ ਪੈਂਦਾ ਵਾ ਸੋ ਤੁਸੀਂ ਵੇਖਿਆ ਵੀ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਇੱਥੇ ਜਿਹੜੇ ਮਰੀਜ਼ ਹੈਗੇ ਆ ਜਿਹੜੇ ਪੀੜਿਤ ਹੈਗੇ ਬਿਮਾਰੀਆਂ ਨਾਲ ਇੱਥੇ ਆਏ ਹੈਗੇ ਆ ਸੋ ਇਹਨਾਂ ਦਾ ਜਿੰਨਿਆਂ ਨਾਲ ਵੀ ਅਸੀਂ ਗੱਲ ਕੀਤੀ ਆ ਸਾਰਿਆਂ ਦਾ ਇਹੀ ਕਹਿਣਾ ਸੀ ਉਹਨਾਂ ਨੇ ਵੱਡੇ ਹੋਸਪਿਟਲ ਵਿੱਚ ਜਿਹੜੀਆਂ ਐਲੋਪੈਥੀ ਇੰਗਲਿਸ਼ ਦਵਾਈਆਂ ਉੱਥੇ ਇਲਾਜ ਕਰਵਾਇਆ ਸੀਗਾ ਪਰ ਇਹਨਾਂ ਦੇ ਕਹਿਣ ਅਨੁਸਾਰ ਉਹਨਾਂ ਨੂੰ ਉੱਥੋਂ ਫਰਕ ਨਹੀਂ ਪਿਆ ਜਾਂ ਪੈਸੇ ਵੀ ਜ਼ਿਆਦਾ ਲੱਗ ਗਏ ਪਰ ਜਦੋਂ ਇੱਥੇ ਆਯੁਰਵੇਦਿਕ ਇਲਾਜ ਕਰਵਾਇਆ ਇਲਾਜ ਵੀ ਠੀਕ ਹੋ ਰਿਹਾ ਆ ਪੈਸੇ ਵੀ ਘੱਟ ਲੱਗੇ ਆ ਅਤੇ ਡਾਕਟਰ ਸਾਹਿਬ ਵੱਲੋਂ ਜਿਹੜੀ ਸਲਾਹ ਆ ਉਹ ਵੀ ਚੰਗੇ ਢੰਗ ਨਾਲ ਦਿੱਤੀ ਜਾ ਰਹੀ ਆ ਸੋ ਇਸ ਤਰ੍ਹਾਂ ਲੋਕ ਇੱਥੇ ਆ ਕੇ ਇਲਾਜ ਕਰਾ ਰਹੇ ਆ ਇਸ ਵਕਤ ਜਿਹੜੇ ਜ਼ਿਆਦਾ ਮਰੀਜ਼ ਬਿਮਾਰ ਹੈਗੇ ਆ ਉਹ ਇਲਾਜ ਕਰਾਉਣ ਲਈ ਉਹਨਾਂ ਲਈ ਸੌਖਾ ਅਤੇ ਸਰਲ ਤਰੀਕਾ ਹੈਗਾ ਆ ਜਿਹੜਾ ਕਿ ਜਲੰਧਰ ਦੇ ਵਿੱਚ ਆਰੋਗਿਅਮ ਆਯੁਰਵੇਦਿਕ ਹੋਸਪਿਟਲ ਹੈਗਾ ਆ ਤੁਹਾਡੀ ਕੋਈ ਕੁਐਰੀ ਹੈਗੀ ਤੁਹਾਡਾ ਕੋਈ ਸਵਾਲ ਹੈਗਾ ਜੇਕਰ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਚਾਹੁੰਦੇ ਤੁਹਾਨੂੰ ਨਹੀਂ ਸਮਝ ਲੱਗੀ ਤਾਂ ਸਾਡੀ ਸਕਰੀਨ 'ਤੇ ਨੰਬਰ ਆ ਰਹੇ ਤੁਸੀਂ ਇਹਨਾਂ ਨਾਲ ਗੱਲ ਕਰਕੇ ਫਿਰ ਤੁਸੀਂ ਅਪੋਇੰਟਮੈਂਟ ਬਣਾ ਕੇ ਇੱਥੇ ਆ ਸਕਦੇ ਹੈਗੇ ਆ ਸੋ ਤੁਸੀਂ ਵੇਖਿਆ ਇੱਥੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਮਰੀਜ਼ ਆਏ ਹੋਏ ਸੀ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਥੇ ਬਹੁਤ ਵਧੀਆ ਤਰੀਕੇ ਨਾਲ ਇਲਾਜ ਵੀ ਕੀਤਾ ਜਾ ਰਿਹਾ ਜੇਕਰ ਉਹ ਵੱਡੇ ਹੋਸਪਿਟਲਾਂ ਵਿੱਚ ਜਾਂਦੇ ਆ ਅਤੇ ਲੱਖਾਂ ਰੁਪਏ ਦੇ ਵਿੱਚ ਇਲਾਜ ਵੀ ਕਰਵਾਉਂਦੇ ਆ ਪਰ ਫਰਕ ਵੀ ਨਹੀਂ ਪਿਆ ਜਦੋਂ ਉਹਨਾਂ ਨੇ ਇੱਥੇ ਆਯੁਰਵੇਦਿਕ ਆ ਕੇ ਆਰੋਗਿਅਮ ਆਯੁਰਵੇਦਿਕ ਹੋਸਪਿਟਲ ਵਿੱਚ ਆਏ ਤਾਂ ਇਲਾਜ ਵੀ ਉਹਨਾਂ ਦਾ ਵਧੀਆ ਤਰੀਕੇ ਨਾਲ ਕੀਤਾ ਗਿਆ ਅਤੇ ਜਿਹੜੇ ਪੈਸੇ ਹੈਗੇ ਉਹ ਵੀ ਬਹੁਤ ਘੱਟ ਲੱਗੇ ਹੈਗੇ ਆ ਅਤੇ ਇਲਾਜ ਵਧੀਆ ਤਰੀਕੇ ਨਾਲ ਕਰਕੇ ਬਿਮਾਰੀ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਰਿਹਾ ਆ ਇਹ ਤਾਂ ਅਸੀਂ ਗੱਲਬਾਤ ਕੀਤੀ ਸੀ ਜਿਹੜੇ ਇੱਥੇ ਮਰੀਜ਼ ਆਏ ਹੋਏ ਸੀ ਹੁਣ ਅਸੀਂ ਗੱਲ ਕਰਾਂਗੇ ਡਾਕਟਰ ਸਤਨਾਮ ਸਿੰਘ ਜੀ ਨਾਲ ਅਤੇ ਡਾਕਟਰ ਹਰਵੀਨ ਕੌਰ ਜੀ ਨਾਲ ਜਿਨ੍ਹਾਂ ਤੋਂ ਅਸੀਂ ਕਾਫੀ ਟਾਈਮ ਤੋਂ ਟਾਈਮ ਮੰਗ ਰਹੇ ਸੀ ਬਿਜ਼ੀ ਸੀਗੇ ਪਰ ਅੱਜ ਅਸੀਂ ਜਿਹੜਾ ਕਿ ਸਾਨੂੰ ਟਾਈਮ ਮਿਲਿਆ ਹੈਗਾ ਇਹਨਾਂ ਨੇ ਜਾ ਕੇ ਗੱਲਬਾਤ ਕਰਦੇ ਹਾਂ ਅਸੀਂ ਕਰਾਂਗੇ ਹੁਣ ਗੱਲਬਾਤ ਮੈਂ ਕਮੀ ਸਰ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਲੰਬੇ ਟਾਈਮ ਤੋਂ ਤੁਹਾਨੂੰ ਕੰਟੈਕਟ ਕਰ ਰਹੇ ਸੀ ਤੁਸੀਂ ਬਿਜ਼ੀ ਸੀਗੇ ਤੁਸੀਂ ਸਾਨੂੰ ਟਾਈਮ ਦਿੱਤਾ ਕਿਉਂਕਿ ਸਾਡੇ ਦਰਸ਼ਕਾਂ ਨੂੰ ਅਸੀਂ ਇਨਫੋਰਮੇਸ਼ਨ ਦੇਣੀ ਚਾਹੁੰਦੇ ਸੀ ਸਹੀ ਢੰਗ ਦੇ ਨਾਲ ਜਦੋਂ ਅਸੀਂ ਬਾਹਰ ਇੱਥੇ ਮਰੀਜ਼ ਆਏ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਦੋਂ ਪਹਿਲਾਂ ਸਾਨੂੰ ਕਾਫੀ ਲੋਕਾਂ ਨੇ ਦੱਸਿਆ ਕਿ ਇਲਾਜ ਬਹੁਤ ਸਸਤਾ ਅਤੇ ਸਹੀ ਤਰੀਕੇ ਨਾਲ ਜਿਹੜਾ ਆਰੋਗਿਅਮ ਆਯੁਰਵੇਦਿਕ ਹੋਸਪਿਟਲ ਵਿੱਚ ਕੀਤਾ ਜਾ ਰਿਹਾ ਥੋੜ੍ਹੀ ਜਿਹੀ ਤੁਹਾਡੇ ਕੋਲੋਂ ਅਸੀਂ ਇਨਫੋਰਮੇਸ਼ਨ ਲੈਣੀ ਹੈ ਅਤੇ ਸਿਰਫ 10 ਮਿੰਟ ਜੇ ਤੁਸੀਂ ਸਾਨੂੰ ਟਾਈਮ ਦੇ ਦਿਓ ਜੀ ਸਤਿ ਸ਼੍ਰੀ ਅਕਾਲ ਹਾਂਜੀ ਬੋਲੋ ਪਲੀਜ਼ ਸਰ ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਪਹਿਲਾਂ ਤਾਂ ਅਸੀਂ ਤੁਹਾਨੂੰ ਵੀ ਕੰਗ੍ਰੈਚੁਲੇਸ਼ਨ ਦਿੰਦੇ ਹਾਂ ਕਿਉਂਕਿ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਤੁਹਾਨੂੰ ਸਨਮਾਨ ਕੀਤਾ ਗਿਆ ਬਤੌਰੇ BIP ਸਪੀਕਰ ਤੁਸੀਂ ਉੱਥੇ ਗਏ ਹੈਗੇ ਆ ਅਤੇ ਇੰਡੀਆ ਦੇ ਵਿੱਚ ਸਭ ਤੋਂ ਵੱਡਾ ਆਯੁਰਵੇਦਿਕ ਹੋਸਪਿਟਲ ਤੁਹਾਡਾ ਪਾਇਆ ਗਿਆ ਜਿੱਥੇ ਤੁਸੀਂ ਲੱਖਾਂ ਹੀ ਲੋਕਾਂ ਦਾ ਜਿਹੜਾ ਐਲਰਜੀ ਦਾ ਇਲਾਜ ਕਰ ਚੁੱਕੇ ਹੋ ਇਹ ਵੀ ਇੱਕ ਬਹੁਤ ਵੱਡਾ ਰਿਕਾਰਡ ਹੈਗਾ ਸੋ ਮੇਰਾ ਪਹਿਲਾ ਸਵਾਲ ਇਹ ਹੈਗਾ ਜਿਹੜਾ ਐਲਰਜੀ ਇੱਕ ਕਿੱਦਾਂ ਜਿਹੜੇ ਕਿ ਸਰੀਰ ਦੇ ਵਿੱਚ ਆਉਂਦੀ ਹੈ ਅਤੇ ਇਸ ਨੂੰ ਕਿਸ ਵਿਧੀ ਨਾਲ ਇਲਾਜ ਕੀਤਾ ਜਾਂਦਾ ਦੇਖੋ ਐਲਰਜੀ ਦੇ ਕਈ ਪ੍ਰਕਾਰ ਨੇ ਜਿਵੇਂ ਸਾਹ ਦੀ ਐਲਰਜੀ ਹੋ ਗਈ ਜਾਂ ਚਮੜੀ ਦੀ ਐਲਰਜੀ ਹੋ ਗਈ ਸਭ ਤੋਂ ਪਹਿਲਾਂ 1999 'ਚ ਅਸੀਂ ਐਲਰਜੀ ਦੇ ਮਰੀਜ਼ਾਂ
ਅਸੀਂ ਖੋਜ ਤਿਆਰ ਕੀਤੀ, ਖੋਜ ਪੱਤਰ ਤਿਆਰ ਕੀਤਾ ਜਿਹਦੇ ਵਿੱਚ ਕੇਸ ਸਟੱਡੀਜ਼, ਟ੍ਰਾਇਲਸ, ਬਹੁਤ ਕੁਛ ਕਰਨ ਤੋਂ ਬਾਅਦ ਇੱਕ ਨਤੀਜੇ 'ਤੇ ਪਹੁੰਚੇ ਔਰ ਉਹ ਖੋਜ ਪੱਤਰ ਨੂੰ ਅਸੀਂ ਪੂਰੇ ਵਿਸ਼ਵ ਦੇ ਸਭ ਤੋਂ ਟੋਪ ਪਲੇਟਫਾਰਮ ਦੇ ਉੱਪਰ ਜਿੱਥੇ ਨੱਕ ਕੰਨ ਗਲੇ ਦੇ ਡਾਕਟਰ, ਸਾਇੰਸਦਾਨ, ਸਾਰੇ ਇੰਟਰਨੈਸ਼ਨਲ ਜਿਹੜੇ ਡਾਕਟਰਸ ਜਿਹੜੇ ਨੇ ਆਏ ਹੋਏ ਸੀਗੇ, ਜਿਨ੍ਹਾਂ ਦੇ ਅੱਗੇ ਅਸੀਂ ਆਪਣੀ ਜਰਮਨੀ ਵਿੱਚ ਖੋਜ ਪੱਤਰ ਪੇਸ਼ ਕੀਤਾ। ਅਤੇ ਅਸੀਂ ਜਲੰਧਰ ਘਰ ਆਏ ਹਾਂ ਜਰਮਨੀ ਤੋਂ ਇਹ ਪੇਸ਼ ਕਰਕੇ ਕਿ ਸਾਨੂੰ ਮਤਲਬ ਇੱਕ ਲੈਟਰ ਆਈ ਜਿਹਦੇ ਵਿੱਚ ਸਾਨੂੰ, ਅਸੀਂ ਜਦੋਂ ਪੜ੍ਹੀ ਲੈਟਰ ਤਾਂ ਅਸੀਂ ਹੈਰਾਨ ਹੋ ਗਏ ਕਿਉਂਕਿ ਇਹ ਲੈਟਰ ਇੰਗਲੈਂਡ ਦੀ ਸੰਸਦ ਵੱਲੋਂ ਆਈ ਹੋਈ ਸੀਗੀ। ਇੰਗਲੈਂਡ ਦੀ ਸੰਸਦ ਵੱਲੋਂ ਲੈਟਰ ਵਿੱਚ ਇਹ ਲਿਖਿਆ ਹੋਇਆ ਸੀ ਕਿ ਤੁਹਾਨੂੰ ਅਸੀਂ ਐਲਰਜੀ ਦੇ ਉੱਪਰ ਬੋਲਣ ਲਈ, ਉਹਦੀ ਖੋਜ ਪੱਤਰ ਲਈ, ਉਹਦੀ ਖੋਜ ਲਈ ਤੁਹਾਨੂੰ ਅਸੀਂ ਐਜ਼ ਏ ਵੀ ਆਈ ਪੀ ਸਪੀਕਰ ਵਜੋਂ ਹਾਊਸ ਆਫ ਕਾਮਨਸ ਹਾਲ ਨੰਬਰ 10 ਵਿੱਚ 19 ਤਰੀਕ ਨੂੰ ਤੁਸੀਂ ਆਓ, ਤੁਹਾਡਾ ਇਨਵੀਟੇਸ਼ਨ, ਤੁਹਾਡਾ ਜਿਹੜਾ ਟਿਕਟਾਂ ਸਭ ਕੁਛ ਫ੍ਰੀ ਹੈ। ਅਤੇ ਅਸੀਂ ਦੇਖ ਕੇ ਹੈਰਾਨ ਹੋ ਗਏ ਵੀ ਲੰਡਨ ਦੀ ਪਾਰਲੀਮੈਂਟ 'ਚ ਸਾਨੂੰ ਆ ਗਿਆ, ਮਤਲਬ ਇੱਕ ਆਯੁਰਵੈਦਿਕ ਡਾਕਟਰ ਇੰਡੀਆ ਦੇ ਹੋਣ ਅਤੇ ਉਹਨਾਂ ਨੂੰ ਲੰਡਨ ਦੀ ਪਾਰਲੀਮੈਂਟ ਵਿੱਚੋਂ ਐਲਰਜੀ ਦੇ ਇਲਾਜ ਕਰਕੇ ਸਾਨੂੰ ਜਿਹੜਾ ਸੱਦਾ ਪੱਤਰ ਆਇਆ। ਔਰ ਅਸੀਂ ਉੱਥੇ ਗਏ, ਸਾਡਾ ਬਹੁਤ ਮਾਨ ਸਨਮਾਨ ਹੋਇਆ। ਉੱਥੇ ਮੋਦੀ ਜੀ ਦੇ ਰਾਮ ਗੁਰੂ ਜਿਹੜੇ ਯੋਗ ਗੁਰੂ ਵੀ ਆਏ ਹੋਏ ਸੀਗੇ ਔਰ ਅਸੀਂ ਪਹਿਲੇ ਭਾਰਤ ਦੇ ਪਹਿਲੇ ਆਯੁਰਵੈਦਿਕ ਡਾਕਟਰ ਸੀ ਜਿਨ੍ਹਾਂ ਨੂੰ ਐਲਰਜੀ ਦੇ ਇਲਾਜ ਲਈ ਉੱਥੇ ਐਜ਼ ਏ ਵੀ ਆਈ ਪੀ ਸਪੀਕਰ ਬੋਲਣ ਦਾ ਮੌਕਾ ਦਿੱਤਾ ਗਿਆ, ਐਲਰਜੀ ਦੀ ਖੋਜ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਔਰ ਸਾਡਾ ਜਿਹੜਾ ਬਹੁਤ ਸਨਮਾਨ ਮਾਨ ਸਨਮਾਨ ਕੀਤਾ ਗਿਆ। ਸੋ ਐਲਰਜੀ ਦੇ ਇਲਾਜ ਵਿੱਚ ਸਾਡਾ ਜਿਹੜਾ ਬਹੁਤ ਵਧੀਆ ਰਿਜ਼ਲਟਸ ਨੇ, ਜੜੋਂ ਖਤਮ ਕਰਨ ਦਾ ਇਲਾਜ ਸਾਡੇ ਕੋਲ ਹੈਗਾ ਔਰ ਅਸੀਂ ਹਜ਼ਾਰਾਂ ਮਰੀਜ਼ਾਂ ਦਾ ਇਲਾਜ ਕਰ ਵੀ ਚੁੱਕੇ ਹਾਂ। ਪੁਰਾਣਾ ਜੁਕਾਮ ਦੇ ਵਿੱਚ ਸਵੇਰੇ ਉੱਠਦਿਆਂ ਸਾਰ ਬੰਦੇ ਨੂੰ 20-20 ਛਿੱਕਾਂ ਆਉਂਦੀਆਂ ਨੇ, ਲਗਾਤਾਰ ਛਿੱਕਾਂ ਆਈ ਜਾਂਦੀਆਂ, ਹਟਦੀਆਂ ਹੀ ਨਹੀਂ। ਨਹਾਉਣ ਲੱਗਿਆ ਤਾਂ ਛਿੱਕਾਂ ਆਉਣੀਆਂ ਸ਼ੁਰੂ ਹੋ ਜਾਣੀਆਂ, ਰਸੋਈ 'ਚ ਗਿਆ ਸਮੈਲ ਆਈ, ਜਾਂ ਸਲਾਬੇ ਵਾਲੀ ਖਿੜਕੀ ਖੋਲ੍ਹੀ ਕੋਈ, ਜਾਂ ਕਿਤੇ ਵੀ ਮਤਲਬ ਜਿੱਦਾਂ ਘੱਟਾ ਮਿੱਟੀ ਨਾਲ ਜਿਹੜਾ ਹੈਗਾ ਉਹ ਵਧਣ ਨਾਲ ਨੱਕ 'ਚ ਆਉਂਦਾ, ਉਹਦੇ ਨਾਲ ਛਿੱਕਾਂ ਸ਼ੁਰੂ ਹੋ ਜਾਂਦੀਆਂ। ਜਿੱਦਾਂ ਕਟਾਈ ਦੇ ਮੌਸਮ, ਕਣਕਾਂ ਦੀ ਕਟਾਈ ਵੇਲੇ, ਜਾਂ ਅੱਜ ਕੱਲ੍ਹ ਅਕਤੂਬਰ ਨਵੰਬਰ ਦਾ ਮਹੀਨਾ ਜਿੱਦਾਂ ਪੋਲਿਊਸ਼ਨ ਬਹੁਤ ਆ, ਉਹਦੇ ਕਰਕੇ ਜਿਹੜੀ ਆ ਉਹ ਛਿੱਕਾਂ ਆਉਣੀਆਂ ਸ਼ੁਰੂ ਹੋ ਗਈਆਂ, ਰੇਸ਼ਾ ਬਣਨਾ ਸ਼ੁਰੂ ਹੋ ਜਾਂਦਾ, ਜਿਹਨੂੰ ਅਸੀਂ ਪੁਰਾਣਾ ਰੇਸ਼ਾ ਕਹਿ ਦਿੰਦੇ ਹਾਂ। ਠੀਕ ਹੈ, ਹੁਣ ਗੱਲ ਇਹ ਹੈ ਕਿ ਛਿੱਕਾਂ ਤਾਂ ਆਪਾਂ ਨੂੰ ਛੋਟੀਆਂ ਲੱਗਦੀਆਂ, ਲੇਕਿਨ ਇਹ ਗੱਲ ਪੱਕੀ ਆ ਜਿੰਨੇ ਵੀ ਛਿੱਕਾਂ ਦੇ ਮਰੀਜ਼ ਨੇ ਉਹਨਾਂ ਨੂੰ ਦਮਾ ਹੋਣਾ ਹੀ ਹੋਣਾ, ਕੁਛ ਸਾਲਾਂ ਬਾਅਦ ਦਮਾ ਹੋ ਹੀ ਜਾਂਦਾ। ਸੋ ਇਹਦਾ ਇਲਾਜ ਕਰਾਉਣਾ ਬਹੁਤ, ਇਹਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ, ਇਲਾਜ ਕਰਾਉਣਾ ਬਹੁਤ ਜ਼ਰੂਰੀ ਹੈ। ਤੁਸੀਂ ਸਿਰਫ 10 ਦਿਨ ਵਾਸਤੇ ਦੇਸੀ ਗਾਂ ਦਾ ਦੇਸੀ ਘਿਓ ਨੱਕ 'ਚ ਪਾਉਣਾ ਸ਼ੁਰੂ ਕਰ ਦਿਓ, ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿੰਨਾ ਆਰਾਮ ਆਉਂਦਾ, ਤੁਹਾਨੂੰ ਅੱਧੀ ਤੋਂ ਜ਼ਿਆਦਾ ਬਿਮਾਰੀ ਉੱਥੇ ਤੁਹਾਡੀ ਠੀਕ ਹੋਣੀ ਸ਼ੁਰੂ ਹੋ ਗਈ। ਪੂਰੀ ਦੁਨੀਆ ਵਿੱਚ ਐਲੋਪੈਥੀ ਵਿੱਚ ਐਲਰਜੀ ਦਾ ਕੋਈ ਇਲਾਜ ਨਹੀਂ, ਪੂਰੀ ਦੁਨੀਆ 'ਚ ਐਲਰਜੀ ਦੀਆਂ ਗੋਲੀਆਂ ਨੇ, ਟਾਈਮ ਪਾਸ ਹੁੰਦਾ, ਜਾਂ ਸਟੀਰੋਇਡ ਹੈ ਜਿਹੜੇ ਅੰਗ ਖਰਾਬ ਕਰਦੇ ਸਾਡੇ। ਸਟੀਰੋਇਡ ਦਾ ਤੁਹਾਨੂੰ ਪਤਾ ਭਾਰ ਵੱਧ ਜਾਂਦਾ, ਪਾਣੀ ਇਕੱਠਾ ਹੋ ਜਾਂਦਾ ਸਰੀਰ 'ਚ, ਗੁਰਦਿਆਂ 'ਤੇ ਮਾੜਾ ਅਸਰਿਆ, ਲਿਵਰ 'ਤੇ ਕੁਛ ਸਾਲਾਂ 'ਚ ਬੰਦਾ ਬਜ਼ੁਰਗਾਂ ਵਰਗਾ ਹੋ ਜਾਂਦਾ, ਅੰਦਰਲੇ ਅੰਗ ਖਰਾਬ ਹੋ ਜਾਂਦੇ ਆ। ਐਲਰਜੀ ਦੀ ਗੋਲੀ ਜਿਹੜੀ ਆ ਉਹ ਖਾਣ ਨਾਲ ਯਾਦਾ ਸ਼ਕਤੀ ਬੰਦੇ ਨੂੰ ਭੁੱਲ ਜਾਂਦੀ, ਘੱਟ ਜਾਂਦੀ ਹੈ, ਜਿਵੇਂ ਕੋਈ ਫੋਨ ਨੰਬਰ ਯਾਦ ਕੀਤਾ ਨਾਲ ਹੀ ਭੁੱਲ ਜਾਣਾ, ਇਹ ਪ੍ਰੋਬਲਮਸ ਆ। ਪਰ ਸਾਡੇ ਕੋਲ ਜਿਹੜਾ ਸਾਡਾ ਜਿਹੜਾ ਹੋਸਪਿਟਲ ਆ ਉੱਥੇ ਐਲਰਜੀ ਦੇ ਇਲਾਜ ਦੇ ਵਿੱਚ ਅਸੀਂ ਆਯੁਰਵੈਦਿਕ ਦਵਾਈਆਂ ਨਾਲ ਇਲਾਜ ਕਰਦੇ ਹਾਂ, 4-5 ਮਹੀਨੇ 'ਚ ਜਿਹੜਾ ਮਰੀਜ਼ ਜਿਹੜਾ ਬਿਲਕੁਲ ਠੀਕ ਹੋ ਜਾਂਦਾ। ਸਰ ਮੈਂ ਬਹੁਤ ਹੈਰਾਨ ਹੋਇਆ ਜਦੋਂ ਮੈਂ ਬਾਹਰ ਇੱਥੇ ਮਰੀਜ਼ ਆਏ ਆ, ਤੁਸੀਂ ਬੀਜ਼ੀ ਸੀ ਕਿ ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ, ਉਹ ਕਹਿ ਰਿਹਾ ਸੀ ਕਿਸੇ ਦਾ ਡਾਕਟਰ ਜਿਹੜੇ ਪ੍ਰਾਈਵੇਟ ਹੋਸਪਿਟਲ ਹੈਗੇ ਬਾਹਰ 3 ਲੱਖ ਰੁਪਏ ਮੰਗ ਰਿਹਾ, ਕੋਈ ਕਹਿੰਦੇ 2 ਲੱਖ ਰੁਪਏ ਮੰਗ ਰਿਹਾ, ਕੋਈ ਕਹਿੰਦੇ 1.5 ਲੱਖ ਰੁਪਏ ਮੰਗ ਰਿਹਾ। ਜਦੋਂ ਮੈਂ ਪੁੱਛਿਆ ਵੀ ਆਰੋਗਿਅਮ ਆਯੁਰਵੈਦਿਕ ਹੋਸਪਿਟਲ ਜਲੰਧਰ ਦੇ ਵਿੱਚ ਕਿੰਨਾ ਖਰਚਾ ਆ ਰਿਹਾ, ਕਿੰਨਾ ਇਲਾਜ ਆ ਰਿਹਾ, ਉਹ ਕਹਿ ਰਿਹਾ ਜੀ ਮਹੀਨੇ ਦੇ 1800 ਰੁਪਈਆ, ਕੋਈ ਕਹਿ ਰਿਹਾ ਜੀ ਮਹੀਨੇ ਦਾ 2500, ਕੋਈ ਕਹਿ ਰਿਹਾ 3000 ਰੁਪਏ। ਸਰ ਡਿਫਰੈਂਸ ਬਹੁਤ ਹੈਗਾ ਖਰਚੇ ਦੇ ਵਿੱਚ, ਅਤੇ ਇਲਾਜ ਵੀ ਉੱਥੇ ਠੀਕ ਨਹੀਂ ਹੋਇਆ, ਅਤੇ ਇੱਥੇ ਉਹ ਤਸੱਲੀ ਵੀ ਪ੍ਰਗਟਾ ਰਹੇ ਆ, ਕਹਿੰਦੇ ਸਾਡੀ ਬਿਮਾਰੀ ਵੀ ਜੜ੍ਹ ਤੋਂ ਖਤਮ ਹੋ ਰਹੀ ਆ। ਸਰ 3 ਲੱਖ ਅਤੇ 1800 ਦਾ ਬਹੁਤ ਵੱਡਾ ਡਿਫਰੈਂਸ ਆ, ਇਹ ਮੈਨੂੰ ਸਮਝ ਨਹੀਂ ਆ ਰਿਹਾ ਕਿਸ ਤਰ੍ਹਾਂ ਸਾਰਾ ਕੁਛ ਹੋ ਰਿਹਾ ਜੀ। ਦੇਖੋ ਮੈਂ ਹੁਣ ਕਿਸੇ ਦੀ ਪੈਥੀ ਬਾਰੇ ਕਹਿਣਾ ਨਹੀਂ ਚਾਹੁੰਦਾ, ਪਰ ਸਰਕਾਰੀ ਹਸਪਤਾਲਾਂ 'ਚ ਪ੍ਰਾਈਵੇਟ ਹਸਪਤਾਲਾਂ 'ਚ ਤੁਸੀਂ ਚੱਲ ਜਾਂਦੇ ਹੋ ਅਤੇ 50,000 ਸਵੇਰੇ ਜਮ੍ਹਾਂ ਕਰਾ ਦਿਓ ਅਤੇ ਸ਼ਾਮ ਨੂੰ 50,000 ਖਤਮ ਹੋਇਆ ਹੁੰਦਾ, ਸ਼ਾਮ ਨੂੰ ਹੋਰ ਜਮ੍ਹਾਂ ਕਰਾ ਦਿਓ। ਵੀ ਕਿਹੜਾ ਜੰਤਰ ਮੰਤਰ ਇਹੋ ਜਿਹਾ ਜਿਹੜਾ 50,000 ਜਿਹੜਾ ਆ ਉਹ 4-5-6 ਘੰਟੇ 'ਚ ਖਤਮ ਹੋ ਜਾਂਦਾ, ਲੋਕ ਆਪਣੇ ਘਰ ਵੇਚ ਕੇ ਇਲਾਜ ਕਰਾਉਂਦੇ ਨੇ। ਕੋਈ ਇਹੋ ਜਿਹੀ ਦਵਾਈ ਦੱਸੋ 50,000 ਵਾਲੀ ਜਿਹੜੀ ਹੁੰਦੀ ਆ, ਕੀ ਗੋਡਿਆਂ ਦੇ ਮਾਮਲੇ 'ਚ ਤੁਸੀਂ ਲੈ ਲਓ, ਸਾਡੇ ਇੱਥੇ ਗੋਡਿਆਂ ਦਾ ਇਲਾਜ ਅਸੀਂ ਕਰਦੇ ਹਾਂ। ਹੁਣ ਕੀ ਆ, ਲੋਕ ਏਮਸ ਵੀ ਜਾ ਆਉਂਦੇ ਆ, DMC ਵੀ ਜਾ ਆਉਂਦੇ ਆ, ਫੋਰਟੇ ਸਾਰੀਆਂ ਜਗ੍ਹਾ ਤੋਂ ਜਾ ਆਉਂਦੇ ਆ, ਗੋਡਿਆਂ ਦੇ ਵਿੱਚ ਜਾਂ ਤਾਂ ਪੇਨ ਕਿਲਰ ਲੈਂਦੇ ਆ ਜਾਂ ਫਿਰ ਗੋਡਾ ਬਦਲਾਉਣ ਨੂੰ ਕਿਹਾ ਜਾਂਦਾ। ਗੋਡਾ ਬਦਲਾਉਣਾ 1,00,000 ਰੁਪਏ ਦਾ ਖਰਚਾ,
पर थोनू यह भी पता होना चाहिए भी गोडा जो बदलाना ना वो सारी उम्र गोडा नहीं चलता वो भी उम्र आ कोई और दोबारा गोडा अं नहीं बदला सकते तो पेन किलर जोड़े ने वो गुरदा खराब करते हैं यू हूँ पता लग चुका हूँ जो मरीज एम्स चो हो के डी एम सी चो होकर जो साढ़े को आता क्योंकि गोडे जोगे बदलाने जोगे पैसे नहीं कई होंगे तो जो उन्होंने गोडिया की ग्रीस बन जाती है मरीज के अंदर जी मरीज तुरन फिर लग पैंता वॉकर से आया तुरन फिर जी खुशी सूँ मिलती है ना वो मतलब कित नहीं इदा की खुशी सूँ मिल सकती सवेरे उठ के बाबे अगे यही अरदास करी दी आ कि बाबा साढ़े मरीज ठीक कर बस क्योंकि जो मरीज ठीक हों ना वह थोनू इन दवावान देता इन्ना मज़ा आता जिंदगी का कि मैं कहना किसी चीज़ इन्ना स्वाद नहीं जिदा थोड़ा मरीज आके जो थोड़ा दसद कि मैं जी उत्थे गया सी ठीक नहीं होया इत्थे गया सी ठीक नहीं होया लखा रुपये का इलाज ठीक करवाना जी वो मेरे को पैसे नहीं सी थोड़े को आके मैं दवाई खा के ठीक हो गया सानू मतलब कि सब तो वधिया ये जड़ा ना सेवा है एक तरह की बाकी जड़ा कि आपां सुनिया आ फिल्मां च भी देखिया होर भी देखदे आ भी डॉक्टर नू रब दा रूप मन्निया जांदा सो ये जी कि इतने तुम लाइव तस्वीर इतने देख सकते हो क्योंकि जितने तीन तीन लाख रुपया डॉक्टर हॉस्पिटल जोड़ा कि मरीज दस रहे थे भी असी दिता कोई कहते 2.5 लाख दिता इसे तुम 2500 रुपये की सिर्फ महीने की दवा आई है कोई 1800 की आ रही है कोई 3000 की आ रही है इन्ने घट रुपए की दवाइया लैन के बावजूद जो थोड़ा इलाज भी सफलतापूर्वक हो रहा है सर जिमें कोई बुजुर्ग है औरत है उन्होंने अजक वेखन मिले गोडिया की समस्या बहुत ज़्यादा आ एक क्यों आँदी आ तो तुम इस किस तरह ठीक करते हो जेकर मरीज आता तो किन्ने टाइम के आसानी न चलन फिर लग जाए गोडिया के ग्रीस का खत्म होना या झिल्ली खत्म होना ये मोटे मोटे दो तीन कारण मोटे मोटे नंबर वन अजकल असी धुप नहीं सीखते सारी उम्र असी धुप नहीं सीखी तुम देखो हम तुम कि देर सारा दिन धुप्पे बैठते हो कोई भी नहीं बैठता अच्छा तो वाइटमिन डी धुप च मिलता खुराक च नहीं मिलता इन्ना तो धुप्प च वाइटमिन डी सानू मिलिया नहीं साढ़े अंदर वाइटमिन डी नहीं पहुँचा वाइटमिन डी हड्डिया पका कैल्शियम जमा करता हड्डिया मजबूत करता साड़ी हड्डिया ऑलरेडी कमजोर रह रही बहुत नंबर वन ठीक है जी दूजा नंबर है कि दूजी गल है कि सा भार बच जाना साडा खुराक यहोजी है कि साडा जो सारी उम्र भार जो ज़्यादा ही होंगे जिदे नाल गोडिया से जोर पैंता रहा जिमें असी कहने भी कार के उपर ट्रक का जोर पा देना गोडे के अंदर आखिर झिल्ली है जिदे आले दुआले जोड़ की मूवमेंट होंगी है गोडा इदा का मूव करता ना ताइ तुर फिर सकते हैं ये अंदर झिल्ली है या ग्रीस होंगी भार ज़्यादा होने करके ग्रीस जी खत्म हो जाती है या घट जाती है हड्डियाँ जड़िया आपस जोड़ मूव करता वो आपस घसरनिया शुरू हो जाती घसर के तिखिया हो जाती है और आले दुआले गोडे के फसनिया शुरू हो जाती है जिदा गोडा सुजनता गोडे दर्द होंगी है पब्बा च भी दर्द जाती है सारी लत्त च भी दर्द जा सकती है और मरीजा को तुरया नहीं जाता या बह गए तो उठा नहीं जाता जे उठ गए तो बैठा नहीं जाता पौड़िया नहीं चढ़िया जाता चौंकड़ी मार के नहीं बैठा जाता तो हर रोज़ वह बेचारे मतलब औखा टाइम कटते हैं रात को सोन लगे ठंड से ज़्यादा प्रॉब्लम बढ़ जाती है सवेरे उठद ज़्यादा दर्द होंगी है तो उन्होंने फिर जो एक्सरे कराने एम आर आई कराते तो उस आ जाता भी गोडे घस गए बदलाने पे ठीक है लेकिन मैं थानू एक गल दसना चाहना एक गल 100% सही आ पक्की है साढ़े शरीर का कोई भी अंग जिन्ना चिर 100% बिल्कुल डैमेज ना हो जाए उन्होंने बदलाने की लोड़ नहीं होंगी असी उस अंग नू 10-15 साल चला सकते हैं किवें चला सकते हैं हुण देखो जदों हड्डियां आपस टकरन लग पई हुण दो तरीके आ या तो आप इनू गो इनू बदला के जगह तो नवा गोडा पा दीए या दूजा तरीका यह है कि आप ग्रीस बनाने काम कर लिए आयुर्वेद नाल ग्रीस बनाने की साडी दवाई जी बहुत ही वधिया जिस नाल 3-4 महीने जी ग्रीस बननी शुरू हो जाती है पर नाल दी नाल असी उन्हां नू एक एक्सरसाइज करते हैं दसते हैं जिद नाल गोडे के आले दुआले दी मासपेशियां टेंडन लिगामेंट स्ट्रोंग हो जाते हैं वो हड्डियां आपस तक जो दूर आ जाती हैं तो गोडे के कड़कड़ होनी बंद हो जाती है और मरीज जो चंगा भला तुरन लग पैंदा वो तुरन रहिंदा भी 10-15 साल बंदा आराम नाल कितें नहीं मतलब गोडा बदलाउण दी लोड़ नहीं पैंदी सो ये चीज़ा ट्राई करनी चाहिए भार घटा के असी थोड़ा जिहा खुराक इदां दी दसदे हैं भी जिहदे नाल जिहड़ा गोडा बदलाउणा ना पवे पुराना जुकाम दसिया जोड़ा दर्द वास्ते चाहे कोई भी तरह का जोड़ा दर्द इतने जो ठीक कर दिता जाता बार मैं देखा से एक ना बच्चा भी आके बैठा उन्होंने सोरायसिस हुई सी चमड़ी दे कोई कह रहा भी साड़ी चमड़ी के दाग धब्बे आ कोई कह रहा भी सानू खारिश हो रही आ वह कह रहे थे भी असी ना सिट्रीजन खा रहे बार योजना दवाइया इंग्लिश खा रहे एक तो नौजवान ने कहा भी वो याददाश्त भी जा रही थी थोड़ा जहा क्लीयर करो जवाइया उन्होंने वालों खादिया जी वाकई याददाश्त जाती है तो दूजे पास जो चमड़ी के इलाज है आयुर्वेदिक ढंग किस तरह करवाने चमड़ी की एलर्जी की प्रॉब्लम आती है कि मरीज के खारिश बहुत ज़्यादा आती
खुजली बहुत, कोई भी चमड़ी की रोग है, खारिश बहुत होंगी, तप्पड़ पै जाते हैं, दाने पै जाते हैं, कई बार बाहों तो शुरू होंगे, कई बार सिर च खारिश होंगी, कई बार पैरों के हाथों के वड्डे जे पै जाते हैं, जख्म बन जाते हैं, खून आना शुरू हो जाता, पानी वगदा आ, यहोजियां समस्यावान चमड़ी की एलर्जी होंगे। सोरीएसिस दे विच की है कि पपड़े उतरते, मरीज जिहड़ा उठता रात को या सवेरे उठता बैड के उपर ही सारी चादर पई होंगी है पपड़िया, सो ये बड़ी गंदी नामराद बीमारी है जिन्हें भी चमड़ी के रोग आ। ये मरीजा का जिहड़ा मेनली स्टीरोइड खाहा बुरा हाल हो जाता, क्योंकि अलर जी चमड़ी की एलर्जी आ, ये तो असं इम्यूनिटी वधानी होंगी है, स्टीरोइड इम्यूनिटी डाउन कर देंगे, इलाज तो ना होया ना, स्टीरोइड ने सिर्फ एक दिन बंदे सौखा करता है, लेकिन जी इम्यूनिटी डाउन करके बीमारी होर वड्डा कर देना, और ट्यूबा ला ला के चमड़ी पतली कर देते, फिर आयुर्वेदिक दवाई का असर करने की भी संभावना घट जाती है। सो चमड़ी की एलर्जी विच सानू इन्नियां दवाइयां नहीं खानियां चाहीदियां अंग्रेजी कि तुहानू प्रॉब्लम बहुत वड्डी हो जाए, सो सोच समझ के ध्यान नाल जी दवाई खानी चाहिए है। और मैं तुहानू यह दसना चाहूँगा कि चमड़ी की एलर्जी विच आयुर्वेद जरूर ट्राई करना चाहिए, आयुर्वेद विच इहो जे नुस्खे ने साढ़े कोल जिन्हां नाल चमड़ी की एलर्जी जिहड़ी आ 6 to 7 महीनों ठीक होनी शुरू ठीक हो जाती बिल्कुल। लेकिन ये एक प्रॉब्लम आती है, प्रॉब्लम यह आती है कि सानू जो पहला महीना ना वो दवाई सैट करनी पैती है, क्योंकि कई बार असी दवाई दे दी है रस मनिके दवाई है एक गंधक आ, वो कई सूट नहीं करती, कई गंधक सूट ना करे तो पहले महीने गंधक दी जाए तो वह मरीज जरा ज़्यादा खरश बच जाती है। सो आयुर्वेदिक दवाइया के ये है कि जो चमड़ी का इलाज करवाना ना तो सबर ना कराओ, और पहले महीने जो दवाई सानू सैट करनी पेगी, जो थोड़ी प्रॉब्लम बच जाती घबराओ ना, आके अपनी दवाई सैट करा लो, तो जो सैट हो जाएगी तो फिर चमड़ी की बीमारी जी खारिश तप्पड़ तुप्पड़ सब खत्म हो जाती है। ईवन सोरीएसिस के मरीज असी वेखे आ, तुसी साडे मरीजां दे देख सकते हो, साडा जिहड़ा है लिस्ट बनी हुई है जिहड़े परचियां ने, तो फोन करके भी पुछ सकते हो किवें जिहड़े सारे शरीर भरे हुए सी सोरीएसिस दे ते वो अज बिल्कुल चंगे भले ने। एक गल बड़ी चंगी लगी तुसी दस्या कि पुराने जुकाम का कोई पक्का इलाज नहीं है, इंग्लिश चमड़ी का इलाज है नहीं, जेडे साडे पंजाब दे विच देख रहे सानू वो तो इत्थे आके साडे को इलाज करा सकते बड़े सौखे तरीके नाल, पर साडे कई NRI वीर बाहरले मुल्कां च बैठे आ लॉकडाउन दे करके, उधर दा लॉकडाउन हजे भी हैगा आ, वो इंडिया नहीं आ सकते पंजाब च नहीं आ सकते, पर उहनां दे कोल कोई आयुर्वेदिक जरिया है नहीं जिस नाल तुहानू मिल सकन जां होर किते करा सकन, सो वो तुहाडे थ्रू अपना इलाज तां करवाउणा चाहुंदे हो, क्योंकि बाहर तां होर भी ज़्यादा उन्होंने फैसिलिटी मिल जाएगी जो तुम उन्होंने कोई हैल्प करते हो, जेकर कोई साडा NRI वीर या कोई भी परिवार में उन्होंने मैंबर इन बीमारियों पीड़ित हैगा वो थोड़े थ्रू अपना ठीक करना चाहता इलाज करवाना चाहता उन्होंने तुम कोई हैल्प कर सकते हैं। देखो साढ़े को पंजाब नहीं कला आता, साढ़े को नागालैंड मणिपुर मतलब कि हज़ारा किलोमीटर दूर तो भी मरीज आते हैं, हरियाणा हिमाचल जम्मू कश्मीर इधर अपना UP तो बहुत मरीज आते हैं, मध्य प्रदेश तो बहुत आते हैं, ईवन कर्नाटका बैंगलोर तो मरीज इतने बॉम्बे तो मरीज आते हैं, कनेडा अमरीका के लोग जोड़े ने ज़्यादातर जोड़े कुरीयर मंगवा लेते साढ़े को, जो आते हैं इलाज करवाते हैं एक बार आ जाते हैं मुड़ के वह कुरीयर मंगवाते हैं। हूँ भी जोड़े हम लॉकडाउन की है कि लोगों को आना थोड़ा औखा हो फिर वो अपना फोन करके सू चीज़ दस बीमारी दस देंगे तो अभी उन्होंने जो इलाज जो उन्होंने घर भेज देते फोन कर दिया तो खुद जो डॉक्टर साहब होर बैठते उन्होंने गल करवाने पहले पूछ लें की प्रॉब्लम है 100% बिल्कुल ऑथेंटिकल तरीके असी उन्होंने लक्षण पुछते हैं, हर हर वह टैस्ट जो भी उन्होंने प्रॉब्लम हैगी पूरी तरह सुन के उन्होंने प्रकृति जान के। देखो आयुर्वेद में की थ्यूरी की सब तो वड्डी थ्यूरी यह भी असी शरीर की जांच किवें करते हैं, असी शरीर के 3 जिदा प्रकृतियां ने वात पित्त कफ, यानी कि कई शरीर के बीमारियां वायु का प्रकोप वायुबादी जिन्हों कहने उन्होंने करके बीमारियां होंदिया ने, कई जड़ा है गर्मी करके होंदिया ने, कई दे विच कफ करके होंदिया ने। सो जे अं तिना तरह के बंदियां नू इक्को ही दवाई देती ठीक करने वास्ते तो वह दवाई गड़बड़ भी कर सकती है, यानी कि असी ए नहीं कि प्रोडक्ट ही एक हर बीमारी जो गोडे की दर्द आ वो वास्ते सारिया असी एक ही दवाई दे जाइए, जिदा लोग अजकल तुम वेख्या होना भी प्रोडक्ट विच यूट्यूब पर चैनल वेखे भी मैं जी 5 दिन गोडे दर्द ठीक कर देना जी, मैं बीमारी 4 दिन गोडे ठीक हो जूगी आ खाओ जी, ये सब धोखा चल रहा इदा कदे नहीं हुंदा। आयुर्वेद ही कहिंदा कि पहले दिन तुसी ठीक हो जाना चढ़ो या 4 दिन तुसी बीमारी ठीक, पहले महीने तक जिहड़ी दवाई है ना उहने साडे शरीर के अंदर किन्नी गंदगी जमी जमा है अंग्रेजी दवाइयां की टॉक्सिन की जहर की सारी साफ करनी है, 1.5 महीने बाद आराम आना शुरू हुंदा, कदे भी नहीं हुंदा कि चौथे दिन
पंजवें दिन का आराम आना शुरू हो जाए तो जे आराम आता तो देसी दवाई नहीं हो सकती कुछ ना कुछ होर आ तो बाकी ये बहुत वड्डी खबर हैगी आ साडे NRI वीरां दी तुहानू भी घबराउण दी लोड़ नहीं जेकर तुसी नहीं थानू इच्चे फर्क पै रिहा जिवें देसी तरीके नाल अजकल जेकर आपां 50-60-70 साल पहलां दी गल कर लईए ते उदों पिंडां दे विच भी गल कर लईए बजुर्गां वल्लों देसी दवाइयां नाल ही इलाज कीता जांदा जिवें डॉक्टर साहब भी दस रहे भी तुसी देसी घिओ नक्क विच पाओ तां उहदा बहुत असर हैगा सो यह जरूर ट्राई करनी चाहिए हैगी आ तुसी किसे बीमारी तो पीड़ित आ तुसी भी घबराओ ना तुसी इंडिया नहीं आ सकते इतने हॉस्पिटल नहीं आ सकते तुम जो स्क्रीन पर नंबर है इस नंबर पर फोन करो थोड़ी सीधी डॉक्टर साहब न गल होगी थानू पूरे तरीके जी बीमारी बारे जाँच करके उस तो बाद दवाई कोरियर भी कर दी जाऊगी सर अजक यंगस्टर के बहुत प्रॉब्लम्स आ रही जिमें ढकार आई जाते जिमें भुख नहीं लगती जिमें जिगरदार रोग जिमें एक गैस चढ़ जाती है ये पेट के रोग जोड़े होंगे एक ये लक्षण की है पेट के सब तो ज़्यादा जी बीमारी है ना वो हैगी एसिडिटी जिन्हों असी गर्ड भी कह दें मूँह च एसिड आता मूँह के स्वाद खट्टा डकार आते खट्टे डकार आते हैं जिन्हों असी इंग्लिश कह दें रिफ्लक्स ईसोफेगाइटिस यानी कि अंदरला जोड़ा खाना जोड़ा ताणू आनू करता एसिडिटी बढ़ जाती शरीर एसिडिटी बढ़ती आ कब्ज हो जाती आ लिवर फैटी हो जाता यहोजे रोग जोड़े बड़े कॉमन ने अजक पेट के रोगों के इन का इलाज जोड़ा आ आयुर्वेद में ही है एलोपैथी है ही नहीं क्योंकि एलोपैथी एंटासिड ने एक दिन तो वध काम नहीं करता आयुर्वेद में असी की करते हैं असी उन्हें खुराक इस तरह की दें सात्विक डाइट दे लै जाने मिर्चा मसाले बंद कर दें उन्होंने खुराक का डाइट चार्ट बना के दें ताकि वह खुराक खाण नाल आयुर्वेदिक दवाइया दें जिड़ी कि एसिड नू न्यूट्रलाइज ना करन वह जी अंदरली वॉल है ना मेदे की या पेट दियां नाड़ियां दी वॉल है उन्हें स्ट्रोंग करन ताकि वह जिन्ना मर्जी एसिड बर्दाश्त कर सके इस तरह दियां जड़ों खत्म करने वाली दवाइया जिहड़ियां बीमारी नू दिंदे और इहदे च एक प्रॉब्लम बहुत लोगों नू आउंदी है लोग ना एंडोस्कोपी नाल पेट च जिद्दां गैस बनदी है कईआं दे फारा हो जांदा दर्द हुंदी है या फिर उन्होंने जिहड़ा समझ नहीं आउंदी कि प्रॉब्लम की है कुछ भी खांदे आ तां उहनां नू लगदा कि दर्द हुंदी है या पेट फुल गया एंडोस्कोप करा ली सारे टेस्ट करा ले स्कैनिंग करा ली कुछ नहीं आता जो तो कुछ नहीं आता तो फिर डॉक्टर हाथ खड़े होते भी मेरे को कोई इलाज नहीं कि भाई टेस्ट कुछ नहीं आया हूँ किस चीज़ का इलाज अगला करे गल भी सही है उन्होंने केसिस आयुर्वेद बड़ा महत्व उन्होंने असी जड़िया जड़िया दवाइया दें वो बीमारी जी बिल्कुल खत्म हो जाती है 100% खत्म हो जाती है पेट के रोगों लिए आयुर्वेद तो बिल्कुल ही वरदान एक रोग हो रहा संग्रहणी रोग जिन्होंने कईयों के हों की बीमारी यहोजी होंगी है भी वो अंदर दड़िया आंतं ने ना उन्हें छाले पै जाते छाले जो पै जाते अलसर बन जाते भी उन्होंने मरीज जो भी खाता वह बहर आ जाता भार नहीं बढ़ता भार घटता जाता सब कुछ भी खाधा तो ना ही लूज मोशन हो टॉयलेट आ जाता इनू संग्रहणी कहें या इनू कहें इरीटेबल बाउल सिंड्रम ठीक है ये आयुर्वेद का बहुत 100% रिजल्ट ने ये 100% दवाई खाद सारी कुटज खन मट्टी जी असं दवाई दें वो जरा स्टूल बनने शुरू हो जाते हैं लूज आने बंद हो जाते हैं और आंतों में ताकत आ जाती है और अल्टीमेटली जी पेट जरा सैट हो जाता और यदा रिजल्ट सर जिम्मे दसा पुराना जुकाम एलर्जी चमड़ी जोड़ों के दर्द सारा तुम करते हैं यही इलाज करते हैं या इस अलावा होर भी जड़िया बीमारियां है उन्हों का इलाज भी करते हैं पहला असं कई साल एलर्जी का इलाज करते रहे उस तो बाद असी गोड्या का इलाज फड़िया गोड्या के सू रिजल्ट बहुत वधिया मिले तो बहुत सारे रोगों का असं इलाज शुरू किया साढ़े को बहुत तरह के स्पैशलिस्ट डॉक्टर ने जिन्होंने कई कई साल का तजर्बा हूँ साढ़े डॉक्टर साहब है एक जे सिर्फ गुरद्या के इलाज मरीज फड़ते सिर्फ गुरद्या के रोग जोड़े ने उन्होंने जिन्हों के डायलसिस हो रहे हैं या जिन्होंने डायलसिस लिए कहा गया उन्होंने आयुर्वेदिक दवाइया जोड़ा ठीक करने की कोशिश कर रहे हैं एक डॉक्टर साहब साढ़े है जेडे कि केवल बे औलाद जोड़े जोड़े ने उन्हों का इलाज करते हैं सो अलग अलग तरह के इलाज साढ़े गुदूदा का साढ़े इलाज बहुत वधिया है जो बजुर्गों जो पेशाब बार बार आता बार बार उठना पैंदा बेचारे वधदे रहिंदे गुदूदा का ऑपरेशन करा के भी दोबारा हो जाते हैं उन्हों का इलाज साढ़े को बहुत वधिया है एक हैगा हार्ट ब्लॉकेज हार्ट ब्लॉकेज तो मैं थोड़ा एक नुस्खा दसना चाहता मेरा बहुत दिल करता थोड़ा नुस्खा दसा क्योंकि बड़ा प्रूव होया एक तो तुम जो औले आते ना आंवले आते हैं फ्रैश आते हैं फ्रैश आंवले जोड़े तुम जूस बना लेना अद्धा गिलास रात को रोटी खाने तो बाद रोज़ पीना
तीन महीने पी लो, उस तो बाद अपनी जी ब्लॉकेज चेक करा लो, थोड़ी 80% तो 60% 70% 50% आ जाएगी, घटू भी उसका ब्लॉकेज। बहुत वधिया नुस्खा असी क्योंकि हज़ारा मरीजों बनाने रहने सानू वो रिजल्ट पता लग रहे थे। ठीक है सर, शुगर की भी बहुत बड़ी समस्या आ रही लोगों के, मैं चाहेंगा तुम इन्ने फायदे कर रहे हो, कोई नुस्खा दस दो जिस ना शुगर की बीमारी वधे ना, जो जिते हैगी उत्थे रुक जाए जां उन्ना घट जाए स्टेबल हो जाए, वो भी शुगर का नुस्खा कोई दसो। शुगर का नुस्खा तो मैं तुम्हें दस दिना, पर मैं थोड़ा पहला एक शु हर मरीज अजक लोग जो बहुत लोगों को शुगर आ, लेकिन जो शुगर का मरीज पहली बार शुगर होंगी और डरिया डॉक्टर को जाता, पहले दिन उन्होंने कह जाता कि तेरी शुगर ठीक नहीं हो सकती, तो अंग्रेजी दवाई तो पाता जाता, तो 15 दिन बाद फिर आके दवाई लै, यही कहा जाता, इस तो अलावा तो कुछ नहीं कहा जाता। पर तुम किताबा खोल के वेखो मैडिकल दी, मैडिकल दियाँ जिहड़ियां डेविडसन आ जिहड़ियां वड्डियां वड्डियां किताबां ने, MD जिहड़े डॉक्टर पढ़ते हैं इलाज करन तो पहला, उन्होंने सब तो पहले नंबर पर लिखा खुराक ते एक्सरसाइज, नाल कंट्रोल शुगर नहीं होंदी फिर दवाई शुरू करनी है। मतलब अजकल तो खोज भी आ गई कि पहले 6 या 10 साल के बंदे नूं जे प्रोटीन डाइट के उपर रखा जाए तो शुगर बिल्कुल भी खत्म हो सकती। सो पहला ही दवाइया तो शुरू कर देना, पर दवाइया के साइड इफेक्ट इन्ने 10-20 साल बाद दवाई खाने तो बाद इन दवाइया के असर, तो अनकंट्रोल शुगर नाल गुरदे फेल, अखा अन्निया ते होर अंग फेल होने शुरू हो, हार्ट अटैक होना शुरू हो जाता। सो इस करके पहले दिन कदे भी दवाई नहीं शुरू करनी चाहिए, पहले दिन तुसी भार घटाओ, मरीज का वेट घटाओ, टमी फैट घटाओ, डाइट घटाओ, एक्सरसाइज कराओ, तो उद भी कई बार जी शुगर सारी उम्र कंट्रोल रह सकती। मैं थोड़ा एक बहुत वधिया नुस्खा दस, शुगर के मरीज अज तो ही एक काम करना शुरू कर, जौ ते कणक दे आटे की रोटी मिक्स करके गर्म गर्म रोटी खा ले, यानी ठंडी नहीं खानी क्योंकि वह सख्त हो जाती है। जौ का आटा जड़ा ना वो शुगर बहुत स्लो स्लो खून जाती है, शुगर नहीं कदे बढ़ती। सिर्फ एक रोटी शुगर के मरीज सवेरे खान, एक रोटी दुपहरे खान, एक रोटी रात विचकार जड़ा होर चावां मिठियां बंद कर देन, दो दो घंटे बाद दो दो पीस फल दे खा, बस ये अपनी डाइट रखन ते शुगर कदे नहीं बढ़ सकती। एक पंच निम्बा की वट्टी है, 5 तरह की निम जी है ना, निम उन्हों का एक एक गोली बनती है, वो एक गोली सवेरे दुपहरे शाम को खा लेन, साढ़े को भी आने की लड़ नहीं, तो अखा बंद कर लैन, कदे ना चेक करा, महीने बाद जाकर अपनी शुगर चेक करा, देखियो शुगर कितना होती सर। बहुत कदे कदे वधूगी नहीं शुगर, अपनी डाइट को सही रखन, तो एक देसी दवाई है पंच निम्बा की वट्टी ये खा लैन, तो जौ का आटा ना छड्डो, क्योंकि जौ के आटे च ना जी सब तो वड्डा फायदा की है, जिहड़े शुगर के मरीज जौ के आटे की रोटी खाते हैं उन्होंने गुर्दे नहीं कदे फेल हो सकते, उन्होंने हार्ट अटैक नहीं कदे हो सकता, क्यों जौ जिहड़ा ना वो चर्बी नूं चूस लैंदा, चर्बी नूं खून दी नाड़ियों में जमा ही नहीं होन दिंदा, शुगर करके जी शुगर भी जमा होंदी ना नाड़ियों च, जिहड़ियां खून दी नाड़ियां खराब होंदियां ना, उस तों बाद गुर्दा फेल हुंदा, उन्होंने जमा ही नहीं होन दिंदा, वह चूस लैंदा सारा कुछ। जौ इन्ने वधिया मन्ने जांदे, तुसीं गूगल ते सर्च करके वेखो, तुहानूं पता लग जाएगा कि जौ दे आटे दे किन्ने फायदे। सर बहुत खुशी हुई थानू मिल के, तुसी बहुत सारे फायदे कर रहे हो, लोग भी जिहड़े दूरों दूरों आए वो भी कह रहे हैं सानू सैटिस्फैक्शन हैगी आ, तुसी इलाज बहुत सस्ता कर रहे हैं ते बीमारी जड़ तो खत्म कर रहे हैं। सो इस तो इलावा तुसी होर भी किसी तरीके नाल लोगों का कोई फायदा, लोगों की सेवा कर रहे हो, जां तुसी सस्ता इलाज करके ही लोगों नू जिहड़ा भेज रहे हो? देखो असी जिहड़े कैंसर के मरीज ने जिन्हां नू जवाब मिलिया होया डॉक्टरों को, या उन्होंने कह गया कि तेरी जिंदगी का 1 साल रह गया, 2 साल रह गए, 3 साल रह गए, 4 साल रह गए, या उन्होंने कैंसर बहुत तेजी ना फैल, वो साड़ी एक दवाई आ बड़ी देर तो असं दे रहे हैं लोगों को, पर असं दे बिल्कुल फ्री दे रहे, वो 2100 रुपए की दवाई हैगी है, पर असी अपने वालों सारे बिल्कुल 100% फ्री दे रहे हैं, ना ही असी उत्तों परची के पैसे लें, ना ही असी दवाई के पैसे लें, क्योंकि वो एक दवाई आ उसदे च हीरक पसम जिहड़ी एक कीमोथरैपी वांगू काम करती है, जिवें एक कीमोथरैपी हुंदी ना जिहदे नाल असर तां बहुता हुंदा नहीं, मरीज नूं होर तकलीफ बहुत हुंदी है, वो कीमोथरैपी तो भी वधिया काम करती है, वो जिथे का जिथे कैंसर आ कई तरह के कैंसरां नूं वो उत्थे दी उत्थे रोक दिंदी, अगे वधण नहीं दिंदी। साडे कोल मरीज आए ने कई, उन्होंने ब्लैडर का कैंसर हुंदा, लास्ट महीने में एक मरीज आया सी, उहदी ना हर हफ्ते सफाई हुंदी सी, दवाई अंदर पा के ते बेहोश करके उन्हों हर हफ्ते 15 दिन बाद साफ होंगे, असं उन्होंने आ जी दवाई दी अर्बुधरणी योग कहते हैं, हीरक पसम है, हीरे की जो पसम होंगी ना, वह दवाई देने हम साल हो गया, उन्होंने लोड़ ही नहीं पी, जबकि उन्होंने डॉक्टर ने यह कहा कि तेरे हर महीने बाद 15 दिन बाद सफाई करनी पे, सो मैं दिल्ली में इलाज करवाता से। सो योजे कई मोड़ा पैन लग्या कैंसर के मरीज में भी नहीं पता लगता, जे आराम आना ना कई बार केंद्र है ना सुबह की चुंडी का भी आराम आ जाता, मोड़ा पै गया तो जोड़े डॉक्टर ने दसिया भी तेरी जिंदगी बहुत ही नहीं, वह भी मरीज कई कई साल तो जी सकते हैं, तो इवें हौसला ना छोड़ो,
ਆਯੁਰਵੈਦਿਕ ਦਵਾਈਆਂ ਵੀ ਨਾਲ ਵਰਤ ਕੇ ਦੇਖੋ। ਅੰਗਰੇਜ਼ੀ ਇਲਾਜ ਕਰਾਓ ਆ ਕੈਂਸਰ ਲਈ, ਪਰ ਆਯੁਰਵੈਦਿਕ ਦਵਾਈਆਂ ਵੀ ਵਰਤੋ, ਦੇਖੋ ਕਿੰਨਾ ਫਰਕ ਪੈਂਦਾ। ਬਾਬਾ ਮਿਹਰ ਕਰੇਗਾ, ਵਾਹਿਗੁਰੂ ਮਿਹਰ ਕਰੇਗਾ, ਆਰਾਮ ਆਊਗਾ। ਸੋ ਬਾਕੀ ਜਿਹੜੇ ਸਾਡੇ ਦਰਸ਼ਕਾਂ ਦੀ ਬਹੁਤ ਵੱਡੀ ਡਿਮਾਂਡ ਸੀ, ਉਹਨਾਂ ਨੇ ਸਾਨੂੰ ਇਹ ਕਿਹਾ ਸੀ ਕਿ ਸਾਨੂੰ ਇਹੋ ਜਿਹਾ ਕੋਈ ਹੋਸਪਿਟਲ ਦੱਸੋ ਜਿੱਥੇ ਲੋਕਾਂ ਦਾ ਵੱਡਾ ਫਾਇਦਾ ਹੋ ਸਕੇ। ਅੱਜ ਅਸੀਂ ਪਹੁੰਚੇ ਸੀ ਅਰੋਗਿਅਮ ਆਯੁਰਵੈਦਿਕ ਹੋਸਪਿਟਲ ਜਲੰਧਰ ਦੇ ਵਿੱਚ, ਜਿਨ੍ਹਾਂ ਦੇ ਹੋਰ ਵੀ ਸੈਂਟਰ ਹੈਗੇ ਆ। ਤੁਸੀਂ ਜਲੰਧਰ, ਬਠਿੰਡਾ, ਪਟਿਆਲਾ, ਕਰਨਾਲ ਅਤੇ ਨਵੀਂ ਦਿੱਲੀ ਵਿੱਚ ਵੀ ਇਹਨਾਂ ਨੂੰ ਜਾ ਕੇ ਆਪਣਾ ਕੋਂਟੈਕਟ ਕਰ ਸਕਦੇ ਹੋ। ਸਾਡੀ ਸਕਰੀਨ 'ਤੇ ਨੰਬਰ ਆ ਰਿਹਾ ਤੁਹਾਡਾ। ਕੋਈ ਵੀ ਸਵਾਲ ਹੈਗਾ, ਕੋਈ ਵੀ ਤੁਸੀਂ ਬਿਮਾਰੀ ਨਾਲ ਪੀੜਿਤ ਹੈਗਾ, ਤੁਸੀਂ ਕੋਈ ਸਲਾਹ ਲੈਣੀ ਡਾਕਟਰ ਸਾਹਿਬ ਨੂੰ, ਤੁਸੀਂ ਇਹਨਾਂ ਨੰਬਰਾਂ 'ਤੇ ਫੋਨ ਕਰ ਸਕਦੇ ਹੈਗੇ ਆ। ਨਾਲ ਹੀ ਜਿੰਨੇ NRI ਹੈਗੇ ਆ, ਤੁਸੀਂ ਇੰਡੀਆ ਨਹੀਂ ਆ ਸਕਦੇ ਤਾਂ ਵੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ। ਤੁਸੀਂ ਇਸ ਨੰਬਰ 'ਤੇ ਫੋਨ ਕਰੋ, ਤੁਸੀਂ ਸਿੱਧੀ ਇਸ ਨੰਬਰ 'ਤੇ ਫੋਨ ਕਰਕੇ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ। ਸਾਨੂੰ ਬੜੇ ਸੁਚੱਜੇ ਅਤੇ ਸਹੀ ਤਰੀਕੇ ਨਾਲ ਜਿਹੜਾ ਕਿ ਤੁਹਾਨੂੰ ਸੁਣਿਆ ਜਾਊਗਾ ਅਤੇ ਤੁਹਾਡੀ ਹਰ ਇੱਕ ਬਿਮਾਰੀ ਦਾ ਇਲਾਜ ਕੀਤਾ ਜਾਊਗਾ, ਜਿਹੜੀ ਵੀ ਮੈਡੀਸਨ ਹੈਗੀ ਆ ਤੁਹਾਡੇ ਘਰ ਤੱਕ ਪਹੁੰਚਾ ਦਿੱਤੀ ਜਾਵੇਗੀ। ਸੋ ਲੱਖਾਂ ਰੁਪਏ ਖਰਚਣ ਦੀ ਬਜਾਏ ਸਫਲ ਇਲਾਜ, ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰ ਲਈ, ਤੁਸੀਂ ਅਰੋਗਿਅਮ ਆਯੁਰਵੈਦਿਕ ਹੋਸਪਿਟਲ ਜ਼ਰੂਰ ਆਓ। ਜਿਹੜੇ ਨਹੀਂ ਆ ਸਕਦੇ, ਤੁਸੀਂ ਇਸ ਨੰਬਰ 'ਤੇ ਫੋਨ ਕਰਕੇ ਕੋਂਟੈਕਟ ਕਰਕੇ ਆਪਣੀ ਸਹੀ ਜਾਣਕਾਰੀ ਲੈ ਸਕਦੇ ਹਾਂ। ਕੈਮਰਾਮੈਨ ਜੱਸੀ ਸਿੰਘ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ TV, ਜਲੰਧਰ।